ਮਨਮੋਹਨ ਸਿੰਘ ਤੋਂ ਬਾਅਦ ਸਾਡੇ ਚੇਤੇ ਵੀ ਨਹੀਂ ਸੀਗਾ ਵੀ ਇਸ ਤਰ੍ਹਾਂ ਦਾ ਹਤਿਆਰਾ ਜਿਹਦੇ ਹੱਥ ਖੂਨ ਨਾਲ ਲਿਬੜੇ ਹੋਣ ਇਨਸਾਨੀਅਤ ਦੇ ਨਾਲ ਗੋਦਰਾ ਕਾਂਢ ਚ ਇੰਨੀਆਂ ਭੈਣਾਂ ਦਾ ਇੰਨਾ ਬੱਚਿਆਂ ਦਾ ਐਡਾ ਸਾਡੇ ਨੌਜਵਾਨਾਂ ਦਾ ਕਾਤਲ ਬੰਦਾ ਕੋਆਪਰੇਟ ਘਰਾਣਿਆਂ ਨੇ ਉਹਤੇ ਪਾ ਕੇ ਇੱਕ ਐਸਾ ਬੁਰਕਾ ਅਡਾਨੀਆਂ ਰਬਾਨੀਆਂ ਨੇ ਚੱਕ ਕੇ ਜਹਾਜ਼ਾਂ ਚ ਕਮਾਇਆ ਉਹਨੂੰ ਉਸ ਨੂੰ ਦੇਸ਼ ਚ ਨੂੰ ਇੱਕ ਝੂਠਾ ਅਰ ਭਰੇਵੀ ਬੰਦਾ ਸਾਡਾ ਪ੍ਰਧਾਨ ਮੰਤਰੀ ਬਣ ਗਿਆ ਇਸ ਤੋਂ ਮਾੜੀ ਕਿਸਮ ਦੀ ਸਾਡੀ ਕਿਹ ਹੋ ਸਕਦੀ ਜਿਹੜੇ ਆਰਡੀਨੈਂਸ ਦੋ ਦੋ ਸਾਲ ਪਾਸ ਨਹੀਂ ਹੁੰਦੇ ਇਹਨਾਂ ਨੂੰ ਬਹੁਤ ਕਾਲੀ ਕੀਤੀ ਹੈ ਕਾਲੀ ਕਰਕੇ ਫਟਾਫਟ ਰਾਸ਼ਟਰਪਤੀ ਦੇ ਵੀ ਦਸਖਤ ਕਰਾਤੇ ਤਾਂ ਕਿ ਇਸ ਦੇ ਵਿੱਚ ਖਲਾਅ ਲੱਗਦਾ ਹੈ ਕਿ ਦਾਲ ਤੇ ਕੋਈ ਕਾਲਾ ਕਾਲਾ ਹੈ ਅਸੀਂ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਲੈ ਕੇ 31 ਜਨਵਰੀ ਤੋਂ ਵੱਲੋਂ 1 ਅਕਤੂਬਰ ਤੋਂ ਰੇਲਵੇ ਸਟੇਸ਼ਨਾਂ ਤੋਂ ਸਾਰੇ ਧਰਨ ਲਈ ਬੈਠੇ ਆ ਵੀ ਜਦੋਂ ਵੀ ਸਰਕਾਰ ਨੇ ਇਹ ਤਿੰਨੇ ਆਰਡੀਨਸ ਸਸਾਨੇ ਲਾ ਕੇ ਜਾਰੀ ਕੀਤੇ ਆ ਇਹ ਸਾਡੇ ਪਾਰਲੀਮੈਂਟ ਚ ਨਾ ਰਾਜ ਸਭਾ ਚ ਕਿਸੇ ਨੂੰ ਨਹੀਂ ਪੁੱਛਿਆ ਗਿਆ ਇਹ ਤਕਰੀਬਨਾਂ ਨੇ ਜਮਾਨੀ ਜਮਾਨੀ ਪਾਸ ਕਰਤੇ ਕੇਂਦਰ ਸਰਕਾਰ ਦਾ ਕਹਿਣਾ ਕਿ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਇੱਕੋ ਡਿਮਾਂਡ ਹੈ ਕਿ ਆਰਡੀਨੈਂਸ ਰੱਦ ਕੀਤੇ ਜਾਣ ਨਾ ਕਿ ਇਹ ਲੜਾਈ ਐ ਐਮਐਸਪੀ ਦੀ ਇਹ ਆਰਡੀਨੈਂਸ ਨੇ ਜੇ ਮੁੱਢੋਂ ਖਾਰਜ ਕੀਤੇ ਜਾਣ ਕੇਂਦਰ ਸਰਕਾਰ ਦਾ ਕਹਿਣਾ ਕਿ ਸਾਡੇ ਨਾਲ ਆ ਕੇ ਗੱਲ ਕਰ ਲੋ ਸਾਰੇ ਲੋਕ ਬਿਲਕੁਲ ਕੁਮਰਾ ਕਰਨ ਵਾਲੀ ਗੱਲ ਐ ਝੂਠ ਬੋਲਦੀ ਐ ਆਸੀ ਤਾਂ ਉਹ ਇਹ ਵੀ ਕਹਿੰਦੇ ਆ ਉਹਨਾਂ ਦੇ ਮੰਤਰੀ ਵੀ ਕਹਿੰਦੇ ਆ ਵੀ ਜਿਹੜਾ ਸਮਰਥਨ ਮੁੱਲ ਉਹ ਜਾਰੀ ਰਹੇਗਾ ਪਰ ਆਸੀ ਕਹਿੰਦੇ ਵੀ ਜਾਰੀ ਕਦੋਂ ਰਹਿਣਗੇ ਜਦੋਂ ਮੰਡੀਆਂ ਤਬਾਹ ਹੋ ਗਈਆਂ ਸਰਕਾਰ ਦੀ ਕਰਜ਼ੇ ਦੀ ਇਸ ਪੰਜਾਬ ਤੇ ਅੱਖ ਐ ਵੀ ਜਿਵੇਂ ਪਿੱਛੇ ਉਹਨਾਂ ਨੇ ਐਮਐਸਪੀ ਤੋੜ ਕੇ ਉਹਨਾਂ ਦਾ ਖਰੀਦ ਮੁਲ ਘਟਾ ਤਿਆ ਉਹ ਵੀ ਪੰਜਾਬ ਨੂੰ ਵੀ ਉਸੇ ਲਾਈਨ ਤੇ ਲਾਣਾ ਚਾਹੁੰਦੇ ਆ ਸਾਡੇ ਬਰਬਰਾ ਰਾਓ ਵਰਗੇ ਸਾਡੇ ਸੁਦਾ ਭਾਰਤਵਾਜ ਵਰਗੇ ਜਿਹੜੇ ਕਿ ਲੋਕਾਂ ਦੀ ਗੱਲ ਕਰਦੇ ਰਹੇ ਉਹਨਾਂ ਨੂੰ ਜੇਲ੍ਹ ਵਿੱਚ ਟੱਕਿਆ ਹੋਇਆ ਸਾਡੇ ਸਾਈ ਬਾਬੇ ਵਰਗੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜੇਲ੍ਹ ਵਿੱਚ ਰੱਖਿਆ ਹੋਇਆ ਆ ਸਰਕਾਰ ਤੋਂ ਹੀ برداشت ਨਹੀਂ ਹੁੰਦਾ ਹੈਗਾ ਕਿ ਜਿਹੜੇ ਲੋਕਾਂ ਦੇ ਮਸਲੇ ਨੇ ਲੋਕਾਂ ਦੀਆਂ ਗੱਲਾਂ ਨੇ ਲੋਕਾਂ ਦੇ ਤੱਕ ਪਹੁੰਚਾਈਆਂ ਜਾਣ ਤੇ ਉਹਨਾਂ ਨੂੰ ਚੇਤਨ ਕਰਿਆ ਜਾਵੇ ਇਹ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਵਿੱਚ ਇੱਕ ਖਾਸ ਸਥਾਨ ਦਿੱਤਾ ਗਿਆ ਇੱਕ ਦਰਜਾ ਦਿੱਤਾ ਗਿਆ ਹੋਇਆ ਸੀ ਤੀਜਾ ਦੂਜਾ ਦਰਜਾ ਉਸ ਨੂੰ ਵੀ ਖਤਮ ਕਰਨ ਤੇ ਤਲ ਪਈ ਹੈ ਸਰਕਾਰ ਕੋਈ ਸਰਕਾਰ ਦੇ ਕੋਈ ਏਜੰਡਾ ਹੈਗਾ ਭਗਵੇ ਕਰਨ ਦਾ ਏਜੰਡਾ ਜੋ ਜੇ ਏਜੰਡਾ ਇੱਕ ਹੋਵੇ ਤਾਂ ਝੰਡਾ ਵੀ ਇੱਕ ਹੀ ਹੋਊਗਾ ਤਾਂ ਸਾਡੀ ਜਿਤ ਨਿਸ਼ਚਿਤੀ ਹੈ ਤੇ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਇਹਨਾਂ ਆਰਡੀਨੈਂਸਾਂ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਥਾਂ-ਥਾਂ ਵਿਰੋਧ ਹੋ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਸੁਨੇਹਾ ਭੇਜਿਆ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਕੇ ਗੱਲ ਕਰਨ ਸਾਡੇ ਨਾਲ ਕਿਸਾਨ ਜਥੇਬੰਦੀਆਂ ਜੋ 31 ਜਥੇਬੰਦੀਆਂ ਦੇ ਕੌਲ ਤੇ ਸ਼ੰਭੂ ਧਰਨਾ ਦਿੱਤਾ ਗਿਆ ਸੀ ਅੱਜ ਅਸੀਂ ਉਸ ਧਰਨੇ 'ਚ ਮੌਜੂਦ ਹਾਂ ਰੇਲਵੇ ਲਾਈਨ ਰੇਲਵੇ ਸਟੇਸ਼ਨ ਸ਼ੰਭੂ ਤੇ ਇਹ ਧਰਨਾ ਦਿੱਤਾ ਗਿਆ ਤੇ ਸਾਡੇ ਨਾਲ ਇੱਥੇ ਨੁਮਾਇੰਦੇ ਨੇ ਕਿਸਾਨ ਯੂਨੀਅਨ ਵੱਲੋਂ ਜੋ ਸਾਡੇ ਨਾਲ ਗੱਲ ਕਰਨਗੇ ਗਲੋਬਲ ਪੰਜਾਬ ਚੈਨਲ ਪੰਜਾਬੀ ਤੇ ਕਿ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਦੀ ਐਮਐਸਪੀ ਤੇ ਪੰਜਾਬੀ ਪੰਜਾਬ ਦੀ ਇਕਨੋਮੀ ਤੇ ਹਮਲਾ ਕੀਤਾ ਗਿਆ ਪੰਜਾਬ ਦੀ ਉਹ ਐਮਐਸਪੀ ਜੋ 1978 ਤੋਂ ਲਗਾਤਾਰ ਬਰਕਰਾਰ ਹੈ ਜਿਹਦੇ ਜਿਹਦੇ ਨਾਲ ਪੰਜਾਬ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਹੋਰ ਮੱਧ ਵਰਗ ਆਪਣਾ ਪੇਟ ਭਰਦਾ ਹੈ ਉਸ ਇਕਨੋਮੀ ਤੇ ਹਮਲਾ ਕਿਉਂ ਕੀਤਾ ਗਿਆ ਪੰਜਾਬ ਸਦੀਆਂ ਤੋਂ ਤਰਾਸ ਦੀਦਾ ਸ਼ਿਕਾਰ ਹੁੰਦਾ ਰਿਹਾ ਹੈ ਜੇਕਰ ਪਿਛਲੇ 70 ਸਾਲ ਦੀ ਗੱਲ ਕੀਤੀ ਜਾਵੇ 1947 ਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਪੰਜਾਬ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ 1955 ਦੇ ਵਿੱਚ ਪਾਣੀਆਂ ਤੇ ਬੜਾ ਵੱਡਾ ਇੱਕ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਫਿਰ ਪੰਜਾਬੀ ਸੂਬਾ ਬਣਿਆ ਜਦੋਂ ਪੰਜਾਬੀ ਸੂਬੇ ਵੇਲੇ ਪੰਜਾਬ ਨੂੰ ਬੜਾ ਇੱਕ ਦੱਬਣ ਦੀ ਕੋਸ਼ਿਸ਼ ਕੀਤੀ ਗਈ ਬੜਾ ਅੜ ਕੇ ਇਹ ਸੂਬਾ ਲਿਆ ਗਿਆ ਉਸ ਤੋਂ ਬਾਅਦ 1984 ਵਾਪਰ ਦਾ ਪੰਜਾਬ ਦੇ ਵਿੱਚ ਜੋ ਬਿਲਕੁਲ ਪੰਜਾਬ ਦਾ ਲੱਕ ਤੋੜ ਦਿੰਦਾ 1984 ਤੋਂ ਬਾਅਦ 10 ਸਾਲ ਦਾ ਖੜਕੂ ਦਾ ਦੌਰ ਲੰਘਦਾ ਖੜਕੂ ਦੌਰ ਤੋਂ ਬਾਅਦ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਉਥਲ ਪੁਤਲ ਮੱਚੀ ਮੱਚਦੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਹੁੰਦਾ ਉਸ ਤੋਂ ਬਾਅਦ ਫਿਰ ਚੱਲਦੇ ਪੰਜਾਬ ਆਪਣੇ ਪੈਰਾਂ 'ਸਰ ਖੜਾ ਹੁੰਦਾ ਸਰਕਾਰਾਂ 5 ਸਾਲ ਆਪਣੇ ਪੂਰੇ ਕਰਨ ਲੱਗਦੀਆਂ ਨੇ ਚੱਲਦੇ ਚੱਲਦੇ ਜਦੋਂ 2020 ਆਉਂਦਾ ਤਾਂ ਇੱਥੇ ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਪਾਸ ਕੀਤੇ ਜਾਂਦੇ ਨੇ ਕਰੋਨਾ ਦੇ ਵਿੱਚ ਕਰੋਨਾ ਦੇ ਮਹਾਮਾਰੀ ਦੇ ਟਾਈਮ ਉਹ ਆਰਡੀਨੈਂਸ ਜੋ ਬਿਲਕੁਲ ਖੇਤੀ ਨੂੰ ਤਬਾਹ ਕਰ ਦੇਣਗੇ ਇਹਨਾਂ ਆਰਡੀਨੈਂਸਾਂ ਦੀ ਕੀ ਲੋੜ ਸੀ ਕਿ ਇਹ ਕਿਹੜੀ ਦੇਸ਼ ਦੇ ਵਿੱਚ ਉਹ ਐਮਰਜੈਂਸੀ ਆਈ ਹੋਈ ਸੀ ਕਿ ਇਹ ਆਰਡੀਨੈਂਸ ਇੱਕਦਮ ਪਾਸ ਕੀਤੇ ਜਾਣ ਪਹਿਲਾਂ ਲੋਕ ਸਭਾ ਫਿਰ ਰਾਜ ਸਭਾ ਦੇ ਵਿੱਚ ਇੱਕਦਮ ਪਾਸ ਕੀਤੇ ਗਏ ਰਾਸ਼ਟਰਪਤੀ ਦੀ ਮੋਹਰ ਇਹਨਾਂ ਤੇ ਜਬਰਦਸਤੀ ਲਗਾਈ ਗਈ ਛੁੱਟੀ ਵਾਲਾ ਦਿਨ ਸੀ ਉਹ ਦੋ ਜਿਸ ਦਿਨ ਰਾਸ਼ ਨੇ ਤੇ ਸਾਈਨ ਕੀਤੇ ਉਹਨਾਂ ਲੈ ਕੇ ਕਿ ਸਾਡੀ ਐਮਐਸਪੀ ਬਰਕਰਾਰ ਰਹੇ ਇਹ ਆਰਡੀਨੈਂਸ ਵਾਪਸ ਕੀਤੇ ਜਾਣ ਇਹਨਾਂ ਲੈ ਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਪਹਿਲਾਂ 31 ਜਥੇਬੰਦੀਆਂ ਸੀ ਇਹ ਜੋ ਇਹ ਸਭ ਮਿਲ ਕੇ ਚੱਲ ਰਹੇ ਸੀ ਅਸੀਂ ਸ਼ੰਭੂ ਮੌਜੂਦ ਹਾਂ ਸ਼ੰਭੂ ਪੰਜਾਬ ਹਰਿਆਣਾ ਦਾ ਬਾਰਡਰ ਹੈ ਉਹ ਬਾਰਡਰ ਉਹ ਪੰਜਾਬ ਜੋ 1 ਨਵੰਬਰ 1966 ਨੂੰ ਹੋਣ ਦੇ ਵਿੱਚ ਆਇਆ ਸੀ ਉਹ ਪੰਜਾਬ ਅੱਜ ਫੇਰ ਇੱਕ ਵਾਰ ਸੰਘਰਸ਼ ਕਰ ਰਿਹਾ ਆਪਣੇ ਹੱਕਾਂ ਦੇ ਲਈ ਇਹ ਸੰਘਰਸ਼ ਦਿੱਲੀ ਦੇ ਵਿਰੁੱਧ ਹੈ ਦਿੱਲੀ ਦੀ ਬੀਜੇਪੀ ਸਰਕਾਰ ਦੇ ਵਿਰੁੱਧ ਹੈ ਜੋ ਕੇਂਦਰ ਦੇ ਵਿੱਚ ਇਹਨਾਂ ਆਰਡੀਨੈਂਸਾਂ ਲੈ ਕੇ ਲੜੀ ਹੋਈ ਹੈ ਜਿੱਥੇ ਕਿਸਾਨ ਕਹਿ ਰਹੇ ਨੇ ਕਿ ਆਰਡੀਨੈਂਸ ਵਾਪਸ ਕੀਤੇ ਜਾਣ ਉੱਥੇ ਕੇਂਦਰ ਸਰਕਾਰ ਦਾ ਕਹਿਣਾ ਕਿ ਇਹ ਜੋ ਫੈਸਲੇ ਲਏ ਨੇ ਅਸੀਂ ਇਤਿਹਾਸਕ ਫੈਸਲੇ ਨੇ ਸਾਡੇ ਨਾਲ ਇੱਥੇ ਹੋਰ ਮੌਜੂਦ ਨੇ ਕਿਸਾਨ ਮੌਜੂਦ ਨੇ ਨਾਲ ਗੱਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂ ਪਰਦੇ ਗੁਰਬਖਸ਼ ਸਿੰਘ ਬਲਵੇੜਾ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਅਸੀਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਗੱਤੀ ਜਿੱਥੇ ਬੰਦੀਆਂ ਵੱਲੋਂ 1 ਅਕਤੂਬਰ ਤੋਂ ਰੇਲਵੇ ਸਟੇਸ਼ਨਾਂ ਤੇ ਸਾਰੇ ਧਰਨ ਲਈ ਬੈਠੇ ਆ ਵੀ ਜਦੋਂ ਵੀ ਸਰਕਾਰ ਨੇ ਇਹ ਤਿੰਨੇ ਆਰਡੀਨੈਂਸ ਸੰਨ ਲਾ ਕੇ ਜਾਰੀ ਕੀਤੇ ਆ ਇਹ ਸਾਡੇ ਪਾਰਲੀਮੈਂਟ ਚ ਨਾ ਰਾਜ ਸਭਾ ਚ ਕਿਸੇ ਨੂੰ ਨਹੀਂ ਪੁੱਛਿਆ ਗਿਆ ਇਹ ਤਕਰੀਬਨਾਂ ਨੇ ਜਮਾਨੀ ਜਮਾਨੀ ਪਾਸ ਕਰਤੇ ਪਰ ਜਿਹੜੇ ਆਰਡੀਨੈਂਸ ਦੋ-ਦੋ ਸਾਲ ਪਾਸ ਨਹੀਂ ਹੁੰਦੇ ਇਹਨਾਂ ਨੂੰ ਬਹੁਤ ਕਾਲੀ ਕੀਤੀ ਐ ਕਾਲੀ ਕਰਕੇ ਫਟਾਫਟ ਰਾਸ਼ਟਰਪਤੀ ਦੇ ਵੀ ਦਸਕਤ ਕਰਾਤੇ ਤਾਂ ਕਿ ਇਸ ਤੇ ਵੀ ਕਲਾ ਲੱਗਦਾ ਹੈ ਕਿ ਦਾਲ ਤੇ ਕੋਈ ਕਾਲਾ ਕਾਲਾ ਹੈ ਉਸ ਦੇ ਅਗਲੀ ਗੱਲ ਹੁਣ ਜਿਸ ਦਿਨ ਦੇ ਇੱਥੇ ਧਰਨੇ ਲੱਗੇ ਆ ਸਟੇਸ਼ਨਾਂ ਤੇ ਕੁਝ ਕੇਂਦਰ ਸਰਕਾਰ ਨੂੰ ਇਹ ਗੱਲਾਂ ਜ਼ਰੂਰ ਪਹੁੰਚ ਗਈਆਂ ਕਿ ਉਹ ਕਹਿਣ ਲੱਗੇ ਵੀ ਕਿਸਾਨ ਸਾਡੇ ਨਾਲ ਗੱਲ ਕਰਨ ਪਰ ਉਹਨਾਂ ਦੇ ਜਿਹੜੇ ਇੱਥੇ ਚਹੇਤੇ ਫਿਰਦੇ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹ ਕਈ ਗੱਲਾਂ ਦੇ ਸਾਡੇ ਆਗੂਆਂ ਨਾਲ ਵੀ ਗੱਲਾਂ ਕੀਤੀਆਂ ਵੀ ਤੁਸੀਂ ਕੋਈ ਨਾ ਕੋਈ ਗੱਲਬਾਤ ਕਰੋ ਅਸੀਂ ਥੋੜੀ ਗੱਲਬਾਤ ਉੱਥੇ ਕਰਾ ਦਿੰਨੇ ਆ ਸਾਡੇ ਉਹਨਾਂ ਦੇ ਕੋਈ ਯਕੀਨ ਨਹੀਂ ਹੈਗਾ ਸਾਡੇ ਆਗੂ ਨੂੰ ਕਹਿੰਦਾ ਵੀ ਜੇ ਸਾਡੇ ਨਾਲ ਸਿੱਧਾ ਪ੍ਰਧਾਨ ਮੰਤਰੀ ਗੱਲ ਕਰੂਗਾ ਤਾਂ ਅਸੀਂ ਸੋਚਾਂਗੇ ਇਸ ਕਰਕੇ ਬਹੁਤ ਬੰਦੇ ਫਿਰਦੇ ਆ ਉਸ ਦਿਨ ਦੇ ਸਾਡਾ ਇੱਥੇ ਧਰਨੇ ਨੂੰ ਅਠਾਣ ਵਾਸਤੇ ਸਾਡੇ ਚ ਸਾਜ਼ਸ਼ਾ ਵੀ ਚੱਲ ਰਹੀਆਂ ਨੇ ਪਰ ਸਾਡੇ ਕਿਸਾਨ ਸੁਤ ਜੀ ਸਾਰੇ ਬਹੁਤ ਸचेत ਹੋਈ ਬੈਠੇ ਆ ਇਹ ਸਾਰਾ ਕੁਝ ਚਾਰ ਚੁਫੇਰਾ ਦੇਖ ਰਿਹਾ ਇਸ ਕਰਕੇ ਅਸੀਂ ਜਿੰਨਾ ਚਿਰ ਵੀ ਸਾਨੂੰ ਹਾਈ ਕਮਾਂਡ ਤੋਂ ਸਾਡੇ ਆਗੂਆਂ ਤੋਂ ਕੋਈ ਵੀ ਸੰਦੇਸ਼ ਨਹੀਂ ਆਂਦਾ ਅਸੀਂ ਇੱਥੇ ਧਰਨੇ ਨੂੰ ਜਾਰੀ ਰੱਖਾਂਗੇ ਤੇ ਜਿੰਨੇ ਜੇ ਸਾਡੇ ਬਿਲ ਰੱਦ ਨਹੀਂ ਹੁੰਦੇ ਹਾਂਗੇ ਅਸੀਂ ਆਪਣੇ ਘਰ ਨਹੀਂ ਜਾਂਦੇ ਚਲਣ ਜਾਨ ਦੀ ਬਾਜ਼ੀ ਲਾਣੀ ਪਾਵੇ ਅਸੀਂ ਚਾਹੇ ਸ਼ਹੀਦियां ਪਾ ਵੀਏ ਪਰ ਇਹ ਜਿਹੜੇ ਹੈਗੇ ਨੇ ਬਿਲ ਕਰ ਇਹਨਾਂ ਨੇ ਜਿਹੜੇ ਰੱਦ ਕਰਾਉਣੇ ਐ ਰੱਦ ਕਰਾ ਕੇ ਰਾਹਣਗੇ ਕਿਉਂਕਿ ਇਸ ਕੀ ਕਿਸਾਨੀ ਤਬਾਹ ਹੋਊਗੀ ਛੋਟੇ ਮਜ਼ਦੂਰ ਕਿਸਾਨ ਹੋਣਗੇ ਜਿਹੜੇ ਛੋਟੇ ਵਪਾਰੀ ਉਹ ਵੀ ਤਬਾਹ ਹੋਣਗੇ ਯਾਨੀ ਪੰਜਾਬ ਦੀ ਸਾਰੀ ਜਵਾਨੀ ਉਹ ਵੀ ਤਬਾਹ ਹੋਊਗੀ ਇਸ ਕਰਕੇ ਸਾਰੇ ਜਿੰਨੇ ਹੰਗੇ ਜਾਂ ਜਥੇ ਬੰਦੀਆਂ ਸਾਰਿਆਂ ਇੱਥੇ ਆਪਣੇ ਇੱਕ ਇੱਕ ਮੁਠ ਹੋਈਆਂ ਇਕਤਾ ਹੋਈਆਂ ਸਾਨੂੰ ਸਾਰਿਆਂ ਦਾ ਸਮਰਥਨ ਆ ਲੱਗ ਰਿਹਾ ਇਸ ਕਰਕੇ ਅੱਜ ਵੀ ਸਰਕਾਰ ਕੰਨੀ ਤੋਂ ਕੁਝ ਨਾ ਕੁਝ ਖਬਰਾਂ ਆਈਆਂ ਕਿ ਵੀ ਉਹ ਕਹਿੰਦੇ ਵੀ ਸਾਡੇ ਨਾਲ ਗੱਲ ਕਰੋ ਅੱਜ ਮੀਟਿੰਗ ਚੱਲਦੀ ਹੈ ਪੰਜਾਬ ਦੀ ਉੱਥੇ ਸਾਡੇ ਜੋ ਆਗੂ ਮੀਟਿੰਗ ਦੇ ਵਿੱਚ ਫੈਸਲਾ ਕਰਨਗੇ ਉਹੀ ਅਸੀਂ ਉਸੇ ਤੇ ਲਾਗੂ ਜੋ ਵੀ ਫੈਸਲਾ ਆਣਗੇ ਅਸੀਂ ਸਵੀਕਾਰ ਕਰਾਂਗੇ ਕੇਂਦਰ ਸਰਕਾਰ ਦਾ ਕਹਿਣਾ ਕਿ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਇੱਕੋ ਡਿਮਾਂਡ ਹੈ ਕਿ ਆਰਡੀਨੈਂਸ ਰੱਦ ਕੀਤੇ ਜਾਣ ਨਾ ਕਿ ਇਹ ਲੜਾਈ ਐਮਐਸਪੀ ਦੀ ਇਹ ਆਰਡੀਨੈਂਸ ਨੇ ਜੇ ਮੁੱਢੋਂ ਖਾਰਜ ਕੀਤੇ ਜਾਣ ਕੇਂਦਰ ਸਰਕਾਰ ਦਾ ਕਹਿਣਾ ਕਿ ਸਾਡੇ ਨਾਲ ਅਕੇ ਗੱਲ ਕਰ ਲਓ ਫਿਰ ਇਹ ਗਾਇਸ ਗੱਲ ਦਾ ਕੀ ਟੁੱਕ ਬਣਦਾ ਕੇਂਦਰ ਸਰਕਾਰ ਨੂੰ ਪਤਾ ਕਿ ਜੇ ਆਰਡੀਨੈਂਸ ਨੇ ਇਹ ਕਿਸਾਨਾਂ ਦੀ ਡਿਮਾਂਡ ਹੈ ਰੱਦ ਕਰੋ ਤੇ ਕਿਸਾਨ ਵੀ ਕਹਿੰਦੇ ਨੇ ਆਰਡੀਨੈਂਸ ਰੱਦ ਕਰੋ ਤਾਂ ਫਿਰ ਇਹ ਬਿਚ ਵਿਚਾਲੇ ਵਾਲਾ ਰਾਹ ਕਿਸੇ ਹੋਰ ਕਿਸੇ ਰਾਹ ਤਾਂ ਨਹੀਂ ਅਪੜ ਜਾਊਗਾ ਕੇਂਦਰ ਸਰਕਾਰ ਵੱਲੋਂ ਬਿਲਕੁਲ ਗੁੰਮਰਾਹ ਕਰਨ ਵਾਲੀ ਗੱਲ ਐ ਝੂਠ ਬੋਲਦੀ ਐ ਅਸੀਂ ਤਾਂ ਉਹ ਇਹ ਵੀ ਕਹਿੰਦੇ ਆ ਉਹਨਾਂ ਦੇ ਮੰਤਰੀ ਵੀ ਕਹਿੰਦੇ ਆ ਵੀ ਜਿਹੜਾ ਸਮਰਥਨ ਮੁੱਲ ਉਹ ਜਾਰੀ ਰਹੇਗਾ ਪਰ ਅਸੀਂ ਕਹਿੰਦੇ ਵੀ ਜਾਰੀ ਕਦੋਂ ਰਹਿਗੇ ਜਦੋਂ ਮੰਡੀਆਂ ਤਬਾਹ ਹੋ ਗਈਆਂ ਖਰੀਦ ਕੇਂਦਰ ਚ ਬੰਦ ਹੋ ਗਏ ਆੜ ਤੇ ਕੋਈ ਹੋਰ ਦੰਦਾ ਕਰ ਲਿਆ ਫਿਰ ਉਹ ਜਿਹੜੇ ਕਾਰਪੋਰੇਟ ਐ ਉਹ ਉਹ ਤੋਂ ਉਹੀ ਇਹ ਦੇ ਜੇਕਰ ਸਰਕਾਰ ਕਹਿੰਦੀ ਵੀ ਹੈ ਕਿ ਐਮਐਸਪੀਸੀ ਬਰਕਰਾਰ ਰੱਖਾਂਗੇ 23 ਫਸਲਾਂ ਤੇ ਐਮਐਸਪੀ ਮਿਲਦੀ ਹੈ ਪਰ ਮਿਲਦੀ ਸਿਰਫ ਦੋਆਂ ਤੇ ਹੈ ਕਣਕ ਤੇ ਝੋਨੇ ਤੇ 21 ਫਸਲਾਂ ਤੇ ਐਮਐਸਪੀ ਨਹੀਂ ਮਿਲਦੀ ਜੇਕਰ ਇਹ ਇਹ ਹਾਲ ਐਮਐਸਪੀ ਬਰਕਰਾਰ ਰੱਖਦੇ ਹੋਏ ਵੀ ਕਣਕ ਤੇ ਝੋਨੇ ਦਾ ਵੀ ਆਹੀ ਹਾਲ ਹੋ ਗਿਆ ਫਿਰ ਕੀ ਕਰਾਂਗੇ ਇਹਨਾਂ ਦਾ ਜਿਹੜਾ ਪਹਿਲਾ ਸਮਰਥਨ ਮੁੱਲ ਆਜ਼ਾਮਿਆ ਹੋਇਆ ਹੈ 12 13 ਫਸਲਾਂ ਦਾ ਮੈਂ ਕਹਿੰਦਾ ਵੀ ਹੁਣ ਪਿੱਛੇ ਜਿਹੜੀ 1800 ਰੁਪਏ ਮੱਕੀ ਵਿਕੀ ਆ ਉਦਾ ਮੁੱਲ ਹੈ 800 ਰੁਪਏ ਖਰੀਦਿਆ ਸਾਰੇ ਨੇ ਫਿਰ ਉੱਥੇ ਕੀ ਨਹੀਂ ਅਸੀਂ ਹੁਣ ਨਰਮਾ ਦੇਖ ਲੋ ਨਰਮੇ ਦੀ ਇਹ ਹਾਲਤ ਹੈ ਜਿਹੜਾ ਉਦਾ ਮੁੱਲ ਹੈ ਉਹ 4500 ਤੋਂ ਵੀ ਵੱਧ ਹੈ ਮੂਲ ਨੂੰ ਅੱਜ ਖਰੀਦਣ ਨੂੰ ਤਿਆਰ ਨਹੀਂ ਹੈਗਾ ਉਹਨੂੰ ਕੋਈ ਜੇ ਦਿੰਦੇ ਆ ਪ੍ਰਾਈਵੇਟ ਏਜੰਸੀਆਂ ਅਸੀਂ ਕਹਿੰਨੇ ਆ ਵੀ ਤੁਸੀਂ ਆਪਣੀ ਸਰਕਾਰੀ ਏਜੰਸੀ ਨੂੰ ਉੱਥੇ ਲੈ ਕੇ ਜਾਓ ਤਾਂ ਕਿ ਲੋਕਾਂ ਨੂੰ ਇਨਸਾਫ ਮਿਲੇ ਜੇਕਰ ਸਰਕਾਰਾਂ ਇਸੇ ਗੱਲ ਤੇ ਵਜੀਦ ਰਹਿndੀਆਂ ਨੇ ਅੜੀ ਰਹਿndੀਆਂ ਨੇ ਕਿ ਅਸੀਂ ਇਹ ਆਰਡੀਨੈਂਸ ਵਾਪਸ ਨਹੀਂ ਕਰਾਂਗੇ ਤਾਂ ਫਿਰ ਕਿਸਾਨੀ ਸੰਘਰਸ਼ ਪੰਜਾਬ ਦਾ ਸੰਘਰਸ਼ ਇਹ ਅੱਗੇ ਕਿਸ ਪੜਾ ਤੇ ਹੋਵੇਗਾ ਅੱਗੇ ਪੜਾ ਤੇ ਵੀ ਜੋ ਵੀ ਸਾਨੂੰ ਫੈਸਲਾ ਆਊਗਾ ਉਸੇ ਅਗਲੀ ਗੱਲ ਅਸੀਂ ਇੱਥੋਂ ਉੱਠਦੇ ਨਹੀਂ ਹੈਗੇ ਅਗਰ ਨਹੀਂ ਵੀ ਹੁੰਦੇ ਅਸੀਂ ਅੱਗੇ ਵਧਾਂਗੇ ਦਿੱਲੀ ਜਾਵਾਂਗੇ 2000 ਛੇ ਦੇ ਵਿੱਚ ਬਿਹਾਰ ਦਾ ਮੰਡੀ ਬੋਰਡ ਭੰਗ ਕੀਤਾ ਸੀ ਸਰਕਾਰ ਨੇ ਤੁਸੀਂ ਬਿਹਾਰ ਦੀ ਹਾਲਤ ਦੇਖ ਸਕਦੇ ਹੋ ਉੱਥੇ-ਉੱਥੇ 10-10 ਏਕੜ ਵਾਲੇ ਸਾਡੇ ਇੱਧਰ 5-5 ਏਕੜ ਵਾਲਿਆਂ ਦੇ ਝੋਨਾ ਲਾਣ ਆਉਂਦੇ ਨੇ ਜੇਕਰ ਆਹੀ ਹਰਿਆ ਸਰਕਾਰ ਆਪਣੇ ਫੈਸਲੇ ਤੇ ਅੜੀ ਰਹੀ ਹੋਈ ਜਿਵੇਂ ਸਰਕਾਰ ਦਾ ਕਹਿਣਾ ਕਿ ਜੋ ਅਸੀਂ ਫੈਸਲਾ ਲਿਆ ਇਹ ਇਤਿਹਾਸਿਕ ਫੈਸਲਾ ਤਾਂ ਫਿਰ ਅੱਗੇ ਪੰਜਾਬ ਕਿਸ ਪੜਾ ਤੇ ਜਾ ਕੇ ਆਪਣਾ ਸੰਘਰਸ਼ ਕਰੇਗਾ ਸਰਕਾਰ ਕੇਂਦਰ ਸਰਕਾਰ ਦੀ ਕਦੇ ਦੀ ਪੰਜਾਬ ਤੇ ਅੱਖ ਹੈ ਵੀ ਜਿਵੇਂ ਪਿੱਛੇ ਉਹਨਾਂ ਨੇ ਐਮਐਸਪੀ ਤੋੜ ਕੇ ਉਹਨਾਂ ਦਾ ਖਰੀਦ ਮੁਲ ਘਟਾ ਤਿਆ ਉਹ ਵੀ ਪੰਜਾਬ ਨੂੰ ਵੀ ਉਸੇ ਲਾਈਨ ਤੇ ਲਾਣਾ ਚਾਹੁੰਦੇ ਆ ਉਹਨਾਂ ਦੀ ਸਕੀਮ ਹੈ ਵੀ ਜੇ ਪੰਜਾਬ ਉੱਤਰ ਨੂੰ ਲੱਗਿਆ ਤਾਂ ਸਾਰੇ ਲੋਕਾਂ ਨੇ ਹਾਂ ਕਰ ਦੇਣੀ ਆ ਅਸੀਂ ਬਿਲਕੁਲ ਖੈਮਤ ਨਹੀਂ ਅਸੀਂ ਜਿਹੜੇ ਵੀ ਇਹ ਆਰਡੀਨੈਂਸ ਜਾਂ ਬਿੱਲ ਪਾਸ ਹੋਏ ਇਹਨਾਂ ਨੂੰ ਰੱਦ ਕਰਾਏ ਬਿਨਾ ਬਿਲਕੁਲ ਨਹੀਂ ਆਪਣੇ ਘਰਾਂ ਟਿਕਦੇ ਅੱਗੇ ਸੰਘਰਸ਼ ਜਾਰੀ ਰਹੇਗਾ ਤਿੱਖਾ ਸੰਘਰਸ਼ ਕਰਾਂਗੇ ਆਪਣੀ ਫਸਲ ਨੂੰ ਸੰਭ ਕੇ ਅਸੀਂ ਜਾ ਕੇ ਦਿੱਲੀ ਨੂੰ ਘੇਰਾ ਪਾਵਾਂਗੇ ਤੁਹਾਡਾ ਕੀ ਕਹਿਣਾ ਇਹਨੇ ਇਹਨਾਂ ਸੰਘਰਸ਼ਾਂ ਬਾਰੇ ਆ ਜਿਹੜੇ ਆਰਡੀ ਇਹ ਜਿਹੜੇ ਹੁਣ ਆਰਡੀਨੈਂਸ ਨਹੀਂ ਰਹੇ ਇਹ ਹੁਣ ਕਾਨੂੰਨ ਬਣ ਗਿਆ ਕਿਉਂਕਿ ਇਹ ਦੋਨੇ ਸਦਨਾਂ ਦੇ ਵਿੱਚ ਪਾਸ ਹੋ ਕੇ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਇਹ ਹੁਣ ਕਾਨੂੰਨ ਬਣ ਗਿਆ ਆਰਡੀਨੈਂਸ ਪਹਿਲਾਂ ਸੀਗੇ ਤਾਂ ਇਹ ਸਾਡੀ ਮੌਤ ਦੇ ਬਰੰਟ ਨੇ ਔਰ ਅਸੀਂ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਔਰ ਜਿਹੜੀ ਗੱਲ ਤੁਸੀਂ ਬਿਹਾਰ ਦੀ ਕੀਤੀ ਹੈ ਬਿਹਾਰ ਦੇ ਵਿੱਚ ਜੋ ਹਾਲ ਹੈ ਅੱਜ ਕਿਸਾਨ ਦਾ ਉਹ 10 ਏਕੜ ਦਾ ਕਿਸਾਨ ਸਾਡੇ 2 ਏਕੜ ਦਾ ਕਿਸਾਨ ਦੇ ਇੱਥੇ ਝੋਨਾ ਲਾਉਣ ਆਂਦਾ ਉਹ ਤਾਂ ਕਰਕੇ ਆ ਕਿਉਂਕਿ ਉੱਥੇ APMC ਐਕਟ ਜਿਹੜਾ ਉਹ ਰੱਦ ਕਰ ਦਿੱਤਾ ਅਸੀਂ ਆਪਣੀ ਪੰਜਾਬ ਸਰਕਾਰ ਨੂੰ ਹੁਣ ਸਾਡੀ 29 ਨੂੰ ਮੀਟਿੰਗ ਸੀਗੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਉਹਨਾਂ ਨੇ ਸਾਰੀ ਜਥੇਬੰਦੀਆਂ ਦੀ ਮੀਟਿੰਗ ਲਈ ਹੈ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਕੇਂਦਰ ਨੇ ਕਰਤਾ ਕਰਤਾ ਉਹਦੀ ਅਸੀਂ ਲੜਾਈ ਲੜ ਰਹੇ ਹਾਂ ਲੜਦੇ ਰਹਾਂਗੇ ਜਦੋਂ ਤੱਕ ਕਿ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਾਂ ਤੁਸੀਂ ਇੱਥੇ ਇੱਕ ਸਰ ਮੀਟਿੰਗ ਬੁਲਾ ਕੇ ਸਾਰੀਆਂ ਪਾਰਟੀਆਂ ਦੀ ਇਹ APMC ਐਕਟ ਜਿਹੜਾ ਉਹ ਐਲਾਨ ਕੀਤਾ ਜਾਵੇ ਸਾਰੇ ਪੰਜਾਬ ਨੂੰ ਮੰਡੀ ਐਲਾਨ ਕੀਤਾ ਜਾਵੇ ਕੋਈ ਵੀ ਕਿਤੇ ਇਸ ਮੰਡੀ ਤੋਂ ਬਾਹਰ ਖਰੀਦ ਕਰੇ ਜਿੱਦਾਂ ਕੋਰਪੋਰੇਟ ਨੂੰ ਇਹਨੂੰ ਪ੍ਰਾਈਵੇਟ 플레이ਰ ਨੂੰ ਖੁੱਲ੍ਹ ਦਿੱਤੀ ਹੈ ਇਹਨਾਂ ਨੇ ਵੀ ਮੰਡੀ ਤੋਂ ਬਾਹਰ ਖਰੀਦੇ ਉਹਨੂੰ ਕੋਈ ਟੈਕਸ ਨਹੀਂ ਇਹਨੂੰ ਸਾਰੀ ਨੂੰ ਮੰਡੀ 'ਚ ਲਾਨਿਆ ਜਾਵੇ APMC ਦੇ ਤਹਿਤ ਤਾਂ ਇਹ ਅਸੀਂ ਐਲਾਨ ਕੀਤਾ ਤੁਸੀਂ ਕਿਹਾ ਕਿ ਇਹ APMC ਦੇ ਤਹਿਤ ਮੰਡੀ 'ਚ ਲਾਨਿਆ ਜਾਵੇ ਸਰਕਾਰ ਦਾ ਕਹਿਣਾ ਕਿ ਇੱਕ ਮੰਡੀ ਇੱਕ ਦੇਸ਼ ਉੱਥੇ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਇੱਕ ਮੰਡੀ ਇੱਕ ਇੱਕ ਐਮਐਸਪੀ ਹੋਣੀ ਚਾਹੀਦੀ ਏ ਸਾਰੀ ਸਾਰੇ ਦੇਸ਼ ਦੀ ਫਸਲਾਂ ਤੇ ਐਮਐਸਪੀ ਇੱਕ ਹੋਣੀ ਚਾਹੀਦੀ ਏ ਇੱਕ ਮੰਡੀ ਇੱਕ ਦੇਸ਼ ਦਾ ਕਨਸੈਪਟ ਇਹ ਬਿਲਕੁਲ ਸਹੀ ਨਹੀਂ ਹੈਗਾ ਇਹ ਇਸ ਤਰ੍ਹਾਂ ਹੈ ਸਾਰੇ ਦੇਸ਼ ਦੇ ਵਿੱਚ ਜਦੋਂ 1967 ਦੇ ਵਿੱਚ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ ਖੇਤੀ ਕਮਿਸ਼ਨ ਬਣਾਇਆ ਗਿਆ ਉਸ ਟਾਈਮੇ ਸਾਰੇ ਦੇਸ਼ ਦੇ ਵਿੱਚ ਸਾਰੇ ਦੇਸ਼ ਵਾਸਤੇ ਐਲਾਨ ਕੀਤਾ ਗਿਆ ਸੀ ਪਰ ਬਦਕਿਸਮਤੀ ਇਹ ਹੈ ਉਹਨਾਂ ਸੂਬਿਆਂ ਨੇ ਇਹਦੇ ਤੇ ਧਿਆਨ ਨਹੀਂ ਦਿੱਤਾ ਆਪਣਾ ਮੰਡੀ ਸਿਸਟਮ ਨਹੀਂ ਬਣਾਇਆ ਪੰਜਾਬ ਔਰ ਹਰਿਆਣਾ ਸਭ ਤੋਂ ਪਹਿਲਾਂ ਪੰਜਾਬ ਨੇ ਤਿਆਰ ਕੀਤਾ ਔਰ ਇਹਦਾ ਮਾਡਲ ਦੇਖ ਕੇ ਹਰਿਆਣੇ ਨੇ ਮੰਡੀਆਂ ਆਪਣੀਆਂ ਬਣਾਈਆਂ ਨੇ ਆਪਣੀ ਖਰੀਦ ਏਜੰਸੀਆਂ ਖੜੀ ਕੀਤੀਆਂ ਨੇ ਉਹਦੇ ਮੁਤਾਬਕ ਇੱਥੇ ਇਹ ਖਰੀਦ ਹੁੰਦੀ ਰਹੀ ਹੈ ਔਰ ਇਹ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਨੰਬਰ ਦਾ ਸਾਡਾ ਜਿਹੜਾ ਟਾਂਚਾ ਹੈ ਜਿਹਨੂੰ ਤਹਸਰਾਸ ਕਰਨ ਲੱਗੇ ਆ ਇਹਨੂੰ ਅਸੀਂ ਹੋਣ ਨਹੀਂ ਦੇਵਾਂਗੇ ਔਰ ਜਿਹੜਾ ਫੇਲ ਹੋਇਆ ਵਿਕਸਿਤ ਦੇਸ਼ਾਂ ਦਾ ਮਾਡਲ ਹੈ ਉਹ ਸਾਡੇ ਤੇ ਥੁੱਪਣ ਲੱਗੇ ਨੇ ਉਹ ਅਸੀਂ ਲਾਗੂ ਨਹੀਂ ਹੋਣ ਦਵਾਂਗੇ ਯੂਐਸਏ ਦਾ ਮਾਡਲ ਹੈ ਤੇ ਯੂਐਸਏ 'ਚ ਫੇਲ ਹੈ ਉੱਥੇ ਬਿਲਕੁਲ ਫੇਲ ਹੈ ਦੇਖੋ ਯੂਐਸਏ ਦੇ ਵਿੱਚ ਕੀ ਹੈ ਉੱਥੇ 35-36 ਕਰੋੜ ਦੀ ਆਬਾਦੀ ਹੈ ਉੱਥੇ ਜਿਹੜਾ 750 ਏਕੜ ਦਾ ਕਿਸਾਨ ਹੈ ਉਹ ਬਿਲਕੁਲ ਫੇਲ ਹੈ ਅੱਜ ਕਿਸਾਨੀ ਉਸ ਖਗਾਰ ਤੇ ਆ ਗਏ ਉੱਥੇ ਅੱਜ 2 ਲੱਖ ਕਿਸਾਨ ਰਹਿ ਗਿਆ ਅਮਰੀਕਾ ਦੇ ਵਿੱਚ ਸਾਡੇ ਨਾਲ ਹਰਿੰਦਰ ਸਿੰਘ ਲਖਾ ਨੇ ਇਹ ਵੀ ਪੰਜਾਬ ਦੀ ਰਾਜਨੀਤੀ ਨੂੰ ਬੜੇ ਗੌਰ ਨਾਲ ਵਾਚਦੇ ਨੇ ਬੜਾ ਇਹਨਾਂ ਦਾ ਅਧਿਆਨ ਹੈ ਬੜੇ ਤਰੀਕੇ ਨਾਲ ਜਾਣਦੇ ਨੇ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ ਜੋ ਇਹ ਲੋਕਾਂ ਦਾ ਕਹਿਣਾ ਕਿ ਕਿਸਾਨਾਂ ਦੇ ਵਿੱਚ ਖਦਸ਼ਾਈ ਪਾਇਆ ਜਾ ਰਿਹਾ ਕਿ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਗੇ ਤੁਹਾਡੀ ਇਸ ਬਾਰੇ ਕੀ رائے ਹੈ ਇਹ ਖਾਸਾ ਨਹੀਂ ਹੈ ਇੱਕ ਰਿਐਲਿਟੀ ਹੈ 1990 ਤੋਂ ਜੇ ਆਪਾਂ ਦੇਖੀਏ ਨਾ ਜਦ ਤੋਂ ਉਹ ਪਾਲਸੀਆਂ ਆਈਆਂ ਉਦਾਰੀ ਕਰਨ ਦੀਆਂ ਵਪਾਰੀ ਕਰਨ ਦੀਆਂ ਨਿੱਜੀ ਕਰਨ ਦੀਆਂ ਤੁਸੀਂ ਆਪਣੇ ਪਿੰਡ 'ਚ ਨਿਗਾਹ ਮਾਰੋ ਜਿਹੜਾ ਛੋਟੇ ਤੇ ਵੀ ਛੋਟਾ ਪਿੰਡ ਹੈ ਨਾ ਉਹਦੇ ਜਿਵੇਂ ਪਿਛਲੇ ਸਮਿਆਂ 'ਚ 5 7 10 ਕਿਸਾਨ ਕਿਸਾਨੀ ਤੋਂ ਵਿਹਲੇ ਹੋ ਗਏ ਮਜ਼ਦੂਰਾਂ ਦੀ ਲਾਈਨ 'ਚ ਚਲੇ ਗਏ ਇਹਨਾਂ ਸਰਕਾਰਾਂ ਦੀਆਂ ਪਾਲਸੀਆਂ ਕਰਕੇ ਅਸੀਂ ਇਸ ਕਰਕੇ ਕਹਿੰਦੇ ਆ ਵੀ ਜਿੱਦਨੂੰ ਸਰਕਾਰਾਂ ਜਾ ਰਹੀਆਂ ਇਹ ਮੋਦੀ ਜਾਂ ਨਰਮਨਹਨ ਇਹ ਤਾਂ ਇੱਕ ਉਹਨਾਂ ਦੀਆਂ ਮੂਰੇ ਡਮਰੂ ਵਜਾ ਕੇ ਮੰਦਾਰੀ ਵਾਂਗੂ ਨੱਚਦੇ ਆਂ ਜਿਸ ਤਰ੍ਹਾਂ ਉਹਨਾਂ ਨੇ ਨਚਾਣਾ ਇਸ ਕਰਕੇ ਉਹ ਜਿਹੜੇ ਕੋਆਪਰੇਟ ਘਰਾਣੇ ਆ ਪਿੱਛੇ ਉਹਨਾਂ ਨੇ ਸਾਰਾ ਕੁਝ ਖਰੀਦ ਲਿਆ ਵੱਡੇ ਵੱਡੇ ਜਿਹੜੇ ਸਾਡੇ ਕਿੱਡੇ ਕਿੱਡੇ ਆਦਾਰੇ ਸੀ ਸਾਡੇ ਰਤਨ ਤੇ ਵੱਡੇ ਵੱਡੇ ਉਹਨਾਂ ਨੂੰ ਸਾਰਿਆਂ ਨੂੰ ਹੜੱਪ ਕਰ ਲਿਆ ਕੁਝ ਵੀ ਨਹੀਂ ਛੱਡਿਆ ਜਿਹੜੀਆਂ ਸਾਡੀਆਂ ਸੁਭਧਾਂ ਵਾਸਤੇ ਦੇਸ਼ ਦੀ ਆਜ਼ਾਦੀ ਬਾਤ ਉਹ ਆਦਾਰੇ ਬਣੇ ਦੇ ਬਿਜਲੀ ਬੋਰਡ ਹੋਵੇ ਪੜ੍ਹਾਈ ਹੋਵੇ ਹਸਪਤਾਲ ਹੋਣ ਸੜਕਾਂ ਹੋਣ ਉਹ ਸਾਰਾ ਕੁਝ ਖਰੀਦ ਲਿਆ ਹੁਣ ਇਹ ਜ਼ਮੀਨ ਜਾਂਚਦੀ ਐ ਇਹਨਾਂ ਨੂੰ ਪਹਿਲਾਂ ਸਰਮਾਇਦਾਰ ਦੀ ਇਹ ਤੇ ਅੱਖ ਵੀ ਕਿਸਾਨ ਇੱਕ ਮੁਰਗੀ ਐ ਇਹਦਾ ਅੰਡਾ ਖਾਈ ਜਾ ਉਹ ਇਹ ਅੰਡਾ ਦਿੰਦੀ ਐ ਵਧੀਆ ਲੇਕਿਨ ਹੁਣ ਮੁਰਗੀ ਖਾਣ ਤੇ ਨੀਤ ਬਣੀ ਹੋਈ ਐ ਸਰਕਾਰ ਦੀ ਵੀ ਇਹਨੂੰ ਜ਼ਮੀਨ ਤੇ ਬਾਹਰ ਕਰਕੇ ਇੱਕ ਘਰ ਪਕਾ ਲੈਣੇ ਘਰੀ ਖਾ ਲੈਣੇ ਇਹ ਗੱਲ ਬੜੀ ਰੜਕਦੀ ਐ ਇਹ ਬੜੀ ਬਹੁਤ ਬੜੀ ਮੰਡੀ ਐ ਚੈਨਾ ਤੋਂ ਦੂਜੇ ਨੰਬਰ ਤੇ ਵੀ ਕਿਉਂ ਨਹੀਂ ਇਹ ਬ੍ਰੈਡ ਖਰੀਦ ਕੇ ਖਾਂਦੇ ਇਸ ਕਰਕੇ ਜਿਹੜੇ ਕਾਨੂੰਨ ਬਣਿਆ ਇਹ ਸਾਡੀ ਮੌਤ ਦਾ ਵਾਰੰਟ ਹੈ ਇਹ ਇਕੱਲੀ ਕਿਸਾਨੀ ਨੂੰ ਬਚਾਣ ਦਾ ਸਵਾਲ ਨਹੀਂ ਪੰਜਾਬ ਨੂੰ ਬਚਾਣ ਦਾ ਸਵਾਲ ਨਹੀਂ ਸਵਾਲ ਦੇਸ਼ ਨੂੰ ਬਚਾਣ ਦਾ ਹੈ ਕਿ ਦੇਸ਼ ਕਿਸ ਤਰ੍ਹਾਂ ਬਚੇਗਾ ਦੇਸ਼ ਬਚੇਗਾ ਜਦ ਤੱਕ ਇਹ ਪਾਲਿਸੀਆਂ ਨਹੀਂ ਨਾ ਬਦਲਦੀਆਂ ਨੀਤੀਆਂ ਨਹੀਂ ਬਦਲਦੀਆਂ ਨੇਤਾ ਬਦਲ ਨਾਲ ਕੁਝ ਨਹੀਂ ਹੋਣਾ ਜਦ ਤੱਕ ਅਸੀਂ ਨੀਤੀਆਂ ਨਹੀਂ ਬਦਲਦੇ ਮਨਮੋਹਨ ਸਿੰਘ ਤੋਂ ਬਾਅਦ ਸਾਡੇ ਚੇਤੇ ਵੀ ਨਹੀਂ ਸੀਗਾ ਵੀ ਇਸ ਤਰ੍ਹਾਂ ਦਾ ਹਥਿਆਰਾ ਜਿਹਦੇ ਹੱਥ ਖੂਨ ਨਾਲ ਲਿਬੜੇ ਹੋਣ ਇਨਸਾਨੀਅਤ ਦੇ ਨਾਲ ਗੋਦਰਾ ਕਾਂਢ ਚ ਇੰਨੀਆਂ ਭੈਣਾਂ ਦਾ ਇੰਨਾਂ ਬੱਚਿਆਂ ਦਾ ਐਡਾ ਸਾਡੇ ਨੌਜਵਾਨਾਂ ਦਾ ਕਾਤਲ ਬੰਦਾ ਇਹ ਸਾਡੀ ਬਦਕਿਸਮਤੀ ਨਹੀਂ ਹੈ ਕੋਆਪਰੇਟ ਘਰਾਣਿਆਂ ਨੇ ਉਹਤੇ ਪਾ ਕੇ ਇੱਕ ਐਸਾ ਬੁਰਕਾ ਅਡਾਨਿਆਂ ਰਵਾਨਿਆਂ ਨੇ ਚੱਕ ਕੇ ਜਹਾਜ਼ਾਂ 'ਚ ਕਮਾਇਆ ਉਹਨੂੰ ਉਸ ਨੂੰ ਦੇਸ਼ 'ਚ ਨੂੰ ਇੱਕ ਝੂਠਾ ਅਰਫਰੇਬੀ ਬੰਦਾ ਸਾਡਾ ਪ੍ਰਧਾਨ ਮੰਤਰੀ ਬਣ ਗਿਆ ਇਸ ਤੋਂ ਮਾੜੀ ਕਿਸਮਤ ਸਾਡੀ ਕਿਹ ਹੋ ਸਕਦੀ ਹੈ ਇਸ ਕਰਕੇ ਜਿਹੜਾ ਸਾਡਾ ਵਿਰਸਾ ਹੈ ਉਸ ਵਿਰਸੇ ਨੂੰ ਯਾਦ ਕਰਨ ਦੀ ਲੋੜ ਹੈ ਅਸੀਂ ਅਨਾਜ ਪੈਦਾ ਕਰਕੇ ਭਾਈ ਲਾਲਵਾਂ ਦੇ ਸਾਰੇ ਹਿੰਦੋਸਤਾਨੀਆਂ ਦੇ ਇਹਨਾਂ ਨੇ ਜਿਹੜੀਆਂ ਨੀਤੀਆਂ ਲੈ ਕੇ ਆਂਦੀਆਂ ਜਾਂ ਐਮਐਸਪੀ ਲੈ ਕੇ ਆਂਦੀ ਇਹ ਪੰਜਾਬ ਔਰ ਹਰਿਆਣੇ ਨੂੰ ਸਾਡੇ ਪਿੱਠ ਤੇ ਮਾਰੀ ਥਾਪੀ ਤੁਸੀਂ ਅਨਾਜ ਪੈਦਾ ਕਰੋ ਅਸੀਂ ਜਿੰਨਾ ਜ਼ਿਆਦਾ ਅਨਾਜ ਪੈਦਾ ਕਰਿਆ ਨਾ ਉੰਨੇ ਅਸੀਂ ਜ਼ਿਆਦਾ ਕਰਜ਼ੇ 'ਚ ਦੱਬੇ ਗਏ ਕਿਉਂ ਦੱਬੇ ਗਏ ਜਿੰਨੀ ਜ਼ਿਆਦਾ ਪੈਦਾਵਾਰ ਕਰੀ ਉਨਾ ਜ਼ਿਆਦਾ ਖਰਚਾ ਹੋਇਆ ਇਨਪੁਟ ਤੇ ਖਰਚਾ ਜ਼ਿਆਦਾ ਹੋ ਗਿਆ ਜਿਹੜੀ ਅਸੀਂ ਪੈਦਾਵਾਰ ਕਰੀ ਉਹਦਾ ਸਾਨੂੰ ਸਹੀ ਮੁੱਲ ਨਹੀਂ ਮਿਲਿਆ ਇਹ ਇੱਥੇ ਮੇਨ ਝੂਲ ਫਸੀ ਹੋਈ ਇਹ ਜੋ ਮਰਜੀ ਕਹੀ ਜਾਣੇ ਖਰਚਾ ਕਰਦੇ ਆ ਇਹ ਕੰਮ ਨਹੀਂ ਕਰਦੇ ਕੰਮ ਕੌਣ ਕਰਦਾ ਹੈ ਬਈ ਸਾਡੀਆਂ ਫਸਲਾਂ ਕਿਤੇ ਕਣਕਾਂ ਸਾਡੀਆਂ ਖੇਤਾਂ 'ਚ ਪਈਆਂ ਜੀਰੀਆਂ ਸਾਡੀਆਂ ਖੇਤਾਂ 'ਚ ਪਈਆਂ ਅਸੀਂ ਕੰਮ ਕਰਦੇ ਆ ਇਹ ਤਾਂ ਮਸ਼ੀਨਰੀ ਕਰਨੇ ਸਾਡਾ ਰੁੱਖ ਬਦਲ ਤੇ ਆ ਅਸੀਂ ਹੱਥੀਂ ਕਿਰਤ ਕਰਦੇ ਸੀਗੇ ਪਹਿਲਾਂ ਅਸੀਂ ਆਪਣੇ ਜੋਗੇ ਸੀਗੇ 67 ਤੋਂ ਪਹਿਲਾਂ ਅਸੀਂ ਆਪਣੇ ਜੋਗਾ ਸਾਰਾ ਕੁਝ ਪੈਦਾ ਕਰ ਲੈਂਦੇ ਪੰਜਾਬ 'ਚ ਲੇਕਿਨ ਇਹ ਜਿਹੜਾ ਕਣਕ ਜੀਰੀ ਦਾ ਐਮਐਸਪੀ ਦਾ ਚੱਕਰ ਤੁਸੀਂ ਹਰੇ ਇਨਕਲਾਬ ਦਾ ਚੱਕਰ ਲਿਆ ਕੇ ਦਿੱਤਾ ਸਾਨੂੰ ਅਸੀਂ ਆਪਣੇ ਜੋਗੇ ਨਹੀਂ ਰਹੇ ਅਸੀਂ ਬਾਜ਼ਾਰ ਜੋਗੇ ਹੋ ਗਏ ਸਾਰੀਆਂ ਚੀਜ਼ਾਂ ਅਸੀਂ ਬਾਜ਼ਾਰ ਤੇ ਖਰੀਦਣ ਲੱਗ ਗਏ ਜਿਹੜੀਆਂ ਅਸੀਂ ਘਰ ਪੈਦਾ ਕਰਦੇ ਤੇ ਇੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਜੋ ਡਰ ਪਾਇਆ ਜਾ ਰਿਹਾ ਕਿਸਾਨਾਂ ਦੇ ਵਿੱਚ ਕਿ ਸਾਡੀਆਂ ਜ਼ਮੀਨਾਂ ਖੋਕੇ ਕਾਰਪੋਰੇਟ ਘਰਾਂ ਨੂੰ ਦੇਣਗੇ ਇਹਦੇ ਪਿੱਛੇ ਵੀ ਇੱਕ ਗੱਲ ਹੈ ਨੀਤੀ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ ਅਕਤੂਬਰ 2017 ਦੇ ਵਿੱਚ ਉੱਥੇ ਆਪਣੇ ਵੱਲੋਂ ਬਲਵੀਰ ਸਿੰਘ ਰਾਜੇਵਾਲ ਵੀ ਗਏ ਸੀ ਤੇ ਰਾਜਸਥਾਨ ਤੋਂ ਰਾਜਸਥਾਨ ਤੋਂ ਸੀ ਜਥੇਵੰਦੀਆਂ ਦੇ ਨੁਮਾਇੰਦਾ ਤੇ ਇੱਕ ਹਰਿਆਣਾ ਤੋਂ ਸੀ ਉੱਥੇ ਗੱਲ ਚੱਲੀ ਕਿ ਵੀ ਖੇਤੀਬਾੜੀ ਦੀ ਗਰੋਥ ਦੇ ਵਿੱਚ ਖੜੋਤ ਆ ਗਈ ਇਹਨੂੰ ਤੋੜਨ ਦੇ ਲਈ ਇਹਦੇ 'ਚ ਇਨਵੈਸਟ ਕਰਨਾ ਜ਼ਰੂਰੀ ਏ ਕਿਉਂਕਿ ਕਿਸਾਨ ਕੋਲ ਤਾਂ ਪੈਸਾ ਹੈ ਨਹੀਂ ਇਨਵੈਸਟ ਕਰਨ ਦੇ ਲਈ ਇਹਦੇ 'ਚ ਇਨਵੈਸਟ ਕਰਨਗੇ ਕਾਰਪੋਰੇਟ ਘਰਾਣੇ ਉਦਯੋਗਪਤੀ ਇਨਵੈਸਟ ਕਰਨਗੇ ਤਾਂ ਉਦਯੋਗਪਤੀ ਜੋ ਹੈਡ ਸੀ ਹੋ ਖੜਾ ਹੋਇਆ ਉਸ ਦਾ ਕਹਿਣਾ ਸੀ ਕਿ ਅਸੀਂ ਇੱਕੋ ਸ਼ਰਤੇ ਨਿਵੇਸ਼ ਕਰਾਂਗੇ ਕਿ ਸਾਨੂੰ ਜ਼ਮੀਨਾਂ ਦੇ ਵਿੱਚ 5-5 7-7000 ਦੇ ਕਲਸਟਰ ਬਣਾ ਕੇ ਦਿੱਤੇ ਜਾਣ ਤਾਂ ਜੋ ਕਲਸਟਰ ਬਣਾ ਕੇ ਦਿੱਤੇ ਜਾਣ ਤਾਂ ਜੋ ਅਸੀਂ ਖੇਤੀ ਕਰ ਸਕੀਏ ਸਾਡੀ ਪਰ ਇੱਕੋ ਸ਼ਰਤ ਹੋਊਗੀ ਕਿਸਾਨ ਕਿਸਾਨ ਜੋ ਆਪਣੇ ਖੇਤ ਚ ਕੰਮ ਕਰਦਾ ਉਹ ਕਿਸਾਨੀ ਤੋਂ ਬਾਹਰ ਹੋ ਜੇ ਜੇਕਰ ਉਹ ਕੰਮ ਕਰਨਾ ਚਾਹੁੰਦਾ ਸਾਡੇ ਕੋਲ ਐਜ਼ ਏ ਮਜ਼ਦੂਰ ਐਜ਼ ਏ ਲੇਬਰ ਸਾਡੇ ਕੋਲ ਆ ਜੇ ਨੌਕਰੀ ਕੰਮ ਕਰ ਸਕਦਾ ਤੇ ਫਾਰਮਰ ਦੇ ਕੰਮ ਅਸੀਂ ਕਰਾਂਗੇ ਇਹ ਇਸ ਮੀਟਿੰਗ ਤੋਂ ਬਾਅਦ ਕਿੰਨਾ ਕਿਤੇ ਸਰਕਾਰਾਂ ਇਸ ਏਜੰਡੇ ਵੱਲ ਵੱਧਦੀਆਂ ਪ੍ਰਤੀਤ ਹੁੰਦੀਆਂ ਨੇ ਇਹ ਇੱਕ ਖਰਸ਼ਾ ਪਾਇਆ ਜਾ ਰਿਹਾ ਦੂਜਾ ਲੱਖੋਵਾਲ ਵੱਲੋਂ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੋ 31 ਕਿਸਾਨ ਜਥੇਬੰਦੀਆਂ ਦਾ ਇੱਕ ਹੈ ਜੋ ਉੱਥੇ ਬੈਠ ਕੇ ਗੱਲਾਂ ਤੈਅ ਹੁੰਦੀਆਂ ਆ ਅਸੀਂ ਉਹਦੇ ਤੇ ਫੁੱਲ ਚੜਾ ਕੇ ਸੰਘਰਸ਼ ਨੂੰ ਹੋਰ ਵੱਡਾ ਵਿਸ਼ਾਲ ਕਰਕੇ ਇਹਨੂੰ ਤਿੱਖਾ ਕਰੀਏ ਇਹਦੇ 'ਚ ਕੋਈ ਦੋ ਰਹਿਿਆ ਨਹੀਂ ਵੀ ਜਿਹੜਾ ਇਹ ਕਹਿੰਨੇ ਆ ਕਿਸਾਨੀ ਨੂੰ ਬਾਹਰ ਕਰਕੇ ਕਲਸਟਰ ਬਣਾਵਾਂਗੇ ਫਲਾਣਾ ਕਰਾਂਗੇ ਠਿਮਕਾ ਕਰਾਂਗੇ ਸਾਰਾ ਸਵਾਲ ਉੱਥੀ ਆ ਕੇ ਟਿਕ ਜਾਂਦਾ ਹੈ ਵੀ ਕਿਸਾਨ ਔਰ ਮਜ਼ਦੂਰ ਨੂੰ ਮੰਡੀ ਦੇ ਕਿਸ ਤਰ੍ਹਾਂ ਡਿਪੈਂਡ ਕਰਨਾ ਇਹ ਤੇ ਉਹ ਜ਼ਮੀਨ ਕਿਸ ਤਰ੍ਹਾਂ ਲੈਣੀ ਹੈ ਇਹ ਜਿਸ ਤਰ੍ਹਾਂ ਮਰਜ਼ੀ ਦੀਆਂ ਮੀਟਿੰਗਾਂ ਕਰੀ ਜਾਣ ਇਹਨਾਂ ਦੇ ਕੋਈ ਤਿਵਾਰ ਨਹੀਂ ਕਰਿਆ ਜਾ ਸਕਦਾ ਕੋਆਪਰੇਟ ਘਰਾਣਿਆਂ ਤੇ ਕਰ ਲੋ ਤਿਵਾਰ મોદી ਤੇ ਕਹਿੰਦਾ ਤਾਂ ਮੈਂ ਬੈਠਣਸਾਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟ ਲਾਗੂ ਕਰ ਦਿਆਂਗਾ 15-15 ਲੱਖ ਰੁਪਏ ਸੁਪਰੀਮ ਕੋਰਟ ਚ ਹਲਫਨਾਮਾ ਦੇ ਦਿੱਤਾ ਕਿ ਇਹ ਅਸੀਂ ਕਰ ਨਹੀਂ ਸਕਦੇ ਇਹ ਆਰਥਿਕਤਾ ਦੇ ਪ੍ਰਭਾਵ ਪਾਊਗਾ ਜੇ ਕੋਈ ਪੰਚਾਇਤ ਚ ਆ ਕੇ ਨਾ ਬੰਦਾ ਝੂਠ ਬੋਲ ਜਾਂਦਾ ਦਾ ਪਿੰਡਾਂ ਚ ਪਹਿਲਾਂ ਇੱਕ ਉਹ ਹੁੰਦੀ ਸੀ ਜੇ ਕੋਈ ਬੰਦਾ ਪੰਚਾਇਤ ਚ ਆ ਕੇ ਝੂਠ ਬੋਲਦਾ ਤਾਂ ਨਾ ਦਵਾਰੇ ਕਿਸੇ ਗੱਲ ਨੂੰ ਮਤਲਬ ਨਹੀਂ ਉਹਦੇ ਤੇ ਪੂਰ ਚੜਾਂਦਾ ਤਾਂ ਅਸੀਂ ਉਹਨੂੰ ਪਿੰਡ ਤੋਂ ਬਾਹਰ ਕੱਢਣ ਤੱਕ ਜਾਂਦੇ ਤੇ ਲੇਕਿਨ ਰਾਜਨੀਤੀ ਇਸ ਤਰ੍ਹਾਂ ਦੀ ਬਣ ਗਈ ਨਾ ਸਾਡਾ ਦਿਮਾਗ ਇਹਨਾਂ ਨੇ ਇਸ ਤਰ੍ਹਾਂ ਮਤਲਬ ਘਮਾਤਿਆ ਕਿ ਜਿੰਨਾ ਜ਼ਿਆਦਾ ਝੂਠ ਬੋਲੋ ਉੰਨਿਆਂ ਜ਼ਿਆਦਾ ਵੋਟਾਂ ਲੈ ਕੇ ਰਾਜਗੱਦੀਆਂ ਤੇ ਬੈਠ ਜਾਓ ਕਹਿਣ ਤੋਂ ਭਾਵ ਉਹਨੇ ਫਿਰ ਕਹਿਣਾ ਹੀ ਤਾਂ ਜਦ ਨਹੀਂ ਉਹਨੂੰ ਪਤਾ ਸੀਗਾ ਮੋਦੀ ਨੂੰ ਜਦੋਂ ਬੋਲਦਾ ਦਾ ਰੈਲੀਆਂ ਚ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਾਂ ਕੋਈ ਵੀ ਰੈਲੀ ਉਹਨੇ ਐਡਰੈਸ ਕਰਨ ਲੱਗਿਆ ਇਹ ਮੁੱਦਾ ਨਹੀਂ ਛੱਡਿਆ ਜਿੱਤੇ ਉਹਨੇ ਇਹ ਨਾ ਕਿਹਾ ਵੀ ਮੈਂ ਸਵਾਮੀਨਾਥਨ ਕਮਿਸ਼ਨਰ ਰਿਪੋਰਟ ਕਰਾਂਗਾ ਜਦ ਫਿਰ ਉਹਨੂੰ ਕਿਹਾ ਵੀ ਕਰ ਉਹ ਤਾਂ ਵੋਟਾਂ ਲੈਣੇ ਤੱਕ ਤਾਂ ਜੁਮਲੇਬਾਜੀ ਉਸ ਤੋਂ ਬਾਅਦ ਫਿਰ ਉਹਨੇ ਮੁਕਰ ਨਹੀਂ ਮੁਕਰਨਾ ਸੀਗਾ ਇਸ ਕਰਕੇ ਜੋ ਮਰਜੀ ਕਹੀ ਜਾਣ ਇਹ ਜਿਹੜੀ ਲੜਾਈ ਹੈ ਇਹ ਲੜਾਈ ਲੰਬੀ ਜਾਏਗੀ ਇਹ 1 2 4 10 2 ਮਹੀਨਿਆਂ ਚ ਮੁੱਕਣ ਵਾਲੀ ਲੜਾਈ ਨਹੀਂ ਹੈ ਇਹ ਲੜਾਈ ਲੰਬੀ ਜਾਏਗੀ ਜਦ ਤੱਕ ਅਸੀਂ ਉਹਨਾਂ ਨੂੰ ਪਾਲਸੀਆਂ ਬਣਾਉਣ ਵਾਲਿਆਂ ਨੂੰ ਇਹਨਾਂ ਪਾਲਸੀਆਂ ਨੂੰ ਨਾ ਮੋੜਾ ਦੇ ਦੇ ਸਕਦੇ ਜਦ ਤੱਕ ਜਿਹੜੇ ਸਾਡੇ ਹਾਲਾਤ ਹੈ ਪੰਜਾਬ ਦੇ ਹਿੰਦੂਸਤਾਨ ਦੇ ਉਹ ਬਹੁਤ ਇੱਕ ਖਤਰਨਾਕ ਮੋੜ ਤੇ ਖੜੇ ਹਾਂ ਇਸ ਕਰਕੇ ਕਹਿ ਰਿਹਾ ਮੈਂ ਖਤਰਨਾਕ ਮੋੜ ਤੇ ਖੜੇ ਹਾਂ ਸਾਡੀ ਜਵਾਨੀ ਜਿਹੜਾ ਸਾਡਾ ਭਵਿੱਖ ਦਾ ਜਿਹੜੇ ਸਾਡੇ ਬੱਚੇ ਤੇ ਜਿਨ੍ਹਾਂ ਨਾਲ ਅਸੀਂ ਘਰਾਂ ਚ ਰਹਿਣਾ ਤਾਂ ਸਾਡੇ ਤੋਂ ਤਾਂ ਉਹ ਚਲੇ ਗਏ ਇਹਨਾਂ ਦੀਆਂ ਪਾਲਸੀਆਂ ਕਰਕੇ ਜਿਹੜੇ ਰਾਜ ਕਰਦੇ ਆ ਇਹਨਾਂ ਦੇ ਬੱਚੇ ਨਹੀਂ ਜਾਂਦੇ ਐਮਐਲਏ ਬਣਿਆ 5 ਸਾਲ ਬਾਅਦ ਚੋਣ ਹੋਣੀ ਐ ਜੋ ਨਹੀਂ ਚੋਣ ਲੜਨੇ ਜੋਗਾ ਨਾ ਉਹਦੇ بیٹے ਦੀ ਫੋਟੋ ਸਾਡੇ ਪਿੰਡਾਂ 'ਚ ਪਹਿਲਾਂ ਆ ਗਈ ਲੇਕਿਨ ਸਾਡੇ ਪੁੱਤਰ ਕਿੱਥੇ ਚਲੇ ਗਏ ਸਾਡੇ بیٹے ਕਿੱਥੇ ਕਿਉਂ ਚਲੇ ਗਏ ਕਿਉਂਕਿ ਸਿਸਟਮ 'ਚ ਖਰਾਬੀ ਐ ਸਿਸਟਮ ਨੂੰ ਸਮਝਣ ਦੀ ਲੋੜ ਐ ਇਸ ਕਰਕੇ ਅਸੀਂ ਇਸ ਲੜਾਈ ਨੂੰ ਇਹ ਦਮ ਰੱਖ ਕੇ ਚੱਲ ਰਹੇ ਆਂ ਵੀ ਜਿੱਥੇ ਤੱਕ ਵੀ ਲੜਾਈ ਜਾਏਗੀ ਲੜਾਈ ਲੜਾਂਗੇ ਪਿਛਲਾ ਜਿਹੜਾ ਇਤਿਹਾਸ ਦੱਸਦਾ ਸਾਨੂੰ ਇਤਿਹਾਸ ਜਿਹੜੇ ਤੋਂ ਸਾਨੂੰ ਪਤਾ ਲੱਗਣਾ ਪੰਜਾਬੀਆਂ ਦੇ ਇਤਿਹਾਸ ਤੋਂ ਸਾਡਾ ਇਤਿਹਾਸ ਹੀ ਇਹੀ ਹੈ ਆਜ਼ਾਦੀ ਦੀ ਲੜਾਈ ਚ ਲੈ ਲਓ ਅਨਾਜ ਪੈਦਾ ਕਰਨ ਦੀ ਲੜਾਈ ਚ ਲੈ ਲਓ ਸਾਰੀਆਂ ਲੜਾਈ ਚ ਅਸੀਂ ਪੰਜਾਬੀਆਂ ਨੇ ਮੂਹਰੇ ਹੋ ਕੇ ਲੜਿਆ ਇਸ ਲੜਾਈ ਨੂੰ ਵੀ ਅਸੀਂ ਮੂਰੇ ਹੋ ਕੇ ਲੜਾਂਗੇ ਜਦੋਂ ਭਾਜਪਾ ਸਰਕਾਰ ਸੱਤਾ ਦੇ ਵਿੱਚ 2014 ਦੇ ਵਿੱਚ ਆਈ ਸੀ ਤਾਂ ਸ਼ਾਂਤਤਾ ਕੁਮਾਰ ਕਮੇਟੀ ਨੇ ਰਿਪੋਰਟ ਕੀਤੀ ਸੀ ਕਿ ਐਫਸੀਆਈ ਭੰਗ ਕਰ ਦਿਓ ਐਫਸੀਆ ਇੱਕ ਚਿੱਟਾ ਹਾਥੀਏ ਜੋ ਦੇਸ਼ ਦੇ ਵਿੱਚ ਘਟਾਲਾ ਕਰਦਾ ਇੱਥੋਂ ਹੀ ਕਿਸਾਨ ਜਥੇਬੰਦੀਆਂ ਨੂੰ ਕਿਤੇ ਨਾ ਕਿਤੇ ਖਬਰ ਲੱਗੀ ਸੀ ਸੁਹ ਲੱਗੀ ਸੀ ਕਿ ਹੁਣ ਸਾਡੀ ਇਹ ਐਮਐਸਪੀ ਤੇ ਹਮਲਾ ਹੋਊਗਾ ਸਾਡੇ ਨਾਲ ਇੱਕ ਹੋਰ ਕਿਸਾਨ ਆਗੂ ਨੇ ਇਹਨਾਂ ਤੋਂ ਵੀ ਜਾਣਦੇ ਆਪਾਂ ਤੁਸੀਂ ਕੀਵੇਂ ਦੇਖਦੇ ਹੋ ਇਹਨਾਂ ਸੰਘਰਸ਼ਾਂ ਨੂੰ ਜੋ ਇਹ ਚੱਲ ਰਹੇ ਨੇ ਸੰਘਰਸ਼ਾਂ ਨੂੰ ਸਾਡੇ ਅਸੀਂ ਬਹੁਤ ਗੌਰ ਨਾਲ ਗੌਰ ਨਾਲ ਦੇਖ ਰਹੇ ਆ ਤੇ ਬਾਕੀ ਤਾਂ ਜਿਹੜੀ ਸਾਡੀ ਅਰਨ ਸੈਸ਼ਨ ਉਹ ਬਹੁਤ ਸੀਰੀਅਸ ਲੈ ਰਹੀ ਆ ਇਸ ਕਰਕੇ ਅਸੀਂ ਤਾਂ ਇੱਥੇ ਸੰਘਰਸ਼ ਤੇ ਬੈਠੇ ਆ ਇਹਨੂੰ ਅੰਤ ਤੱਕ ਲੜਾਂਗੇ ਸਾਨੂੰ ਜੇ ਸ਼ਹੀਦੀਆਂ ਵੀ ਪ੍ਰਾਪਤ ਕਰਨੀਆਂ ਪਈਆਂ ਤਾਂ ਅਸੀਂ ਸ਼ਹੀਦੀਆਂ ਵੀ ਦਵਾਂਗੇ ਦਵਾਂਗੇ ਇਸ ਕਰਕੇ ਇਹ ਜਿਹੜਾ ਸੰਘਰਸ਼ਾ ਇਹ ਬਹੁਤ ਲੰਮਾ ਚੱਲੇਗਾ ਅਸੀਂ ਇਹਨੂੰ ਬੜੇ ਸੰਘਰਸ਼ਮਈ ਤਰੀਕੇ ਨਾਲ ਭੁਗਤਾਂਗੇ ਲੜਾਂਗੇ ਤੇ ਅਸੀਂ ਵਾਪਸ ਨਹੀਂ ਮੁੜਾਂਗੇ ਸਾਡੇ ਨਾਲ ਨੌਜਵਾਨ ਆਗੂ ਨੇ ਕਬੱਡੀ ਖਿਡਾਰੀ ਨੇ ਇਹ ਕਈ ਨੌਜਵਾਨਾਂ ਨੂੰ ਟ੍ਰੇਨਿੰਗ ਦੰਦੇ ਨੇ ਵਿਕੀ ਕਨੌਰ ਤੋਂ ਨੇ ਇਹ ਵੀ ਸਮਰਥਨ ਕਰ ਰਹੇ ਨੇ ਕਿਸਾਨ ਧਰਨਿਆਂ ਦਾ ਇਹਨਾਂ ਦਾ ਕਹਿਣਾ ਹੈ ਕਿ ਜੋ ਇਹ ਆਰਡੀਨੈਂਸ ਨੇ ਜੋ ਹੁਣ ਰਾਸ਼ਟਰਪਤੀ ਸਾਈਤਮਾਨਾਦ ਕਾਨੂੰਨ ਬਣ ਗਏ ਨੇ ਉਹਨਾਂ ਦਾ ਅਸੀਂ ਬਾਈਕਾਟ ਕਰਦੇ ਹਾਂ ਕਿਉਂਕਿ ਸਾਡੀ ਇਹ ਪੰਜਾਬ ਦੀ ਇਕਨੋਮੀ ਤੇ ਹਮਲਾ ਬਾਈ ਜੀ ਜੋ ਇਹ ਸੰਘਰਸ਼ ਚੱਲ ਰਹੇ ਨੇ ਅਲੱਗ-ਅਲੱਗ ਸੰਘਰਸ਼ ਹੋ ਰਹੇ ਨੇ ਸਰਕਾਰਾਂ ਵੀ ਆਪਣੇ ਪੱਧਰ ਤੇ ਕਹਿ ਰਹੀਆਂ ਨੇ ਹੋਰ ਰਵਾਇਤੀ ਸਿਆਸੀ ਪਾਰਟੀਆਂ ਦਾ ਵੀ ਕਹਿਣਾ ਹੈ ਕਿ ਇਹ ਆ ਕਾਨੂੰਨ ਰੱਦ ਕੀਤੇ ਜਾਣ ਤੁਹਾਨੂੰ ਲੱਗਦਾ ਕਿ ਇਹ ਸਰਕਾਰਾਂ ਹੋਰ ਸਿਆਸੀ ਪਾਰਟੀਆਂ ਰਵਾਇਤੀ ਪਾਰਟੀਆਂ ਹੋਰ ਜਥੇਬੰਦੀਆਂ ਜਿੰਨਾਂ ਅਲੱਗ-ਅਲੱਗ ਕੱਠ ਹੈ ਇਹ ਇੱਕ ਥਾਂ ਤੇ ਕਿਤੇ ਇਕੱਠੇ ਹੋ ਕੇ ਇੱਕ ਇੱਕ ਡੰਡੇ ਤੇ ਇੱਕ ਝੰਡੇ ਰਾਹੀਂ ਇਕੱਠ ਕਰਨਾ ਚਾਹੀਦਾ ਉਹ ਡੰਡਾ ਤੇ ਝੰਡਾ ਕਿਸਾਨੀ ਦਾ ਹੋਵੇ ਬਿਲਕੁਲ ਭਾਈ ਤੁਹਾਡੀ ਗੱਲ ਸਹੀ ਹੈ ਇਹ ਪਰ ਹੁਣ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਇਹੀ ਹੈ ਨਾ ਜਿਹੜਾ ਅੱਜ ਜੋ ਮੀਟਿੰਗ ਚੰਡੀਗੜ੍ਹ ਚੱਲ ਰਹੀ ਹੈ ਜਾਂ ਸਾਨੂੰ ਦਿੱਲੀ ਤੋਂ ਬਲਾਵਾ ਆਇਆ ਉਹਦਾ ਸਭ ਤੋਂ ਵੱਡਾ ਕਾਰਨ ਤੁਸੀਂ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਜਦੋਂ 31 ਜਥੇਬੰਦੀਆਂ ਸਾਡੀ ਪੰਜਾਬ ਦੀਆਂ ਸਾਰੇ ਸੀਨੀਅਰ ਆਗੂ ਇਕੱਠੇ ਹੋਏ ਆ ਤਾਂ ਉਧਰ ਰਿਜ਼ਲਟ ਅੱਜ ਸਾਡੇ ਸਾਰੇ ਸਾਰਿਆਂ ਦੇ ਸਾਹਮਣੇ ਆ ਰਹੇ ਆ ਜੋ ਕਿ 5 ਵਜੇ ਤੋਂ ਬਾਅਦ ਹੁਣ ਜਿਵੇਂ ਸਾਡੇ ਬਜ਼ੁਰਗ ਲੀਡਰਾਂ ਨੇ ਦੱਸਿਆ ਆ ਵੀ ਹਾਂ ਵੀ ਇਹ 5 ਵਜੇ ਤੋਂ ਬਾਅਦ ਅਸੀਂ ਤੁਹਾਨੂੰ ਉਹਦੇ ਬਾਰੇ ਚਾਨਣਾ ਪਾਵਾਂਗੇ ਸੋ ਜੇ ਏਜੰਡਾ ਇੱਕ ਹੋਵੇ ਤਾਂ ਝੰਡਾ ਵੀ ਇੱਕ ਹੀ ਹੋਊਗਾ ਤਾਂ ਸਾਡੀ ਜਿੱਤ ਨਿਸ਼ਚਿਤ ਹੀ ਆ हां मैं जरूर ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੂਗਾ ਵੀ ਕਈ ਵਾਰੀ ਕੋਈ ਗੱਲ ਨਹੀਂ ਦੇਖੋ ਪੁਰਾਣੇ ਟਾਈਮ ਦੀ ਗੱਲ ਕੁਝ ਹੋਰ ਸੀ ਵੀ ਲੜਾਈਆਂ ਡੋ ਅੱਡੀ ਥਾਂ ਤੇ ਲੜੀਆਂ ਜਾਂਦੀਆਂ ਸੀ ਪਰ ਕੋਸ਼ ਹੁਣ ਅੱਜ ਸਮਾਂ ਇਦਾਂ ਦਾ ਆ ਵੀ ਸਾਨੂੰ ਸਾਡੇ ਤੇ ਪੰਜਾਬ ਤੇ ਸਾਡੇ ਦੇ ਕਿਸਾਨਾਂ ਭਰਾਵਾਂ ਤੇ ਇੱਕ ਵਾਰੀ ਫੇਰ ਇਹ ਭਾਰੀ ਸੰਕਟ ਆਇਆ ਹੈ ਜੋ ਕਿ ਸਾਨੂੰ ਅੱਡੋ ਅੱਡੀ ਥਾਵਾਂ ਤੇ ਨਹੀਂ ਬੈਠਣਾ ਚਾਹੀਦਾ ਕੁਝ ਵੀ ਕਾਰਨ ਹੋਵੇ ਫਿਰ ਵੀ ਸਾਨੂੰ ਇੱਕ ਥਾਂ ਤੇ ਆ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਜਿੱਤਣਾ ਚਾਹੀਦਾ ਹੈ ਤੇ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਇਹ ਨਹੀਂ ਹੈਗੇ ਵੀ ਇਕੱਲੇ ਇਹਨਾਂ ਨੂੰ ਇੱਥੇ ਛੱਡਾਂਗੇ ਸ਼ਹੀਦ ਹੋਣ ਲਈ ਅਸੀਂ ਸਾਡਾ ਯੂਥ ਸਾਡੇ ਪਲੇਅਰ ਅਸੀਂ ਸਾਰੇ ਇਹਨਾਂ ਦੇ ਨਾਲ ਰਹਾਂਗੇ ਹਮੇਸ਼ਾ ਇਹਨਾਂ ਦੇ ਨਾਲ ਨੌਜਵਾਨ ਵੀ ਬੜਾ ਵੱਡਾ ਬੱਚੜ ਕੇ ਸਾਥ ਦੇ ਰਿਹਾ ਧਰਨਿਆਂ ਦਾ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ ਪੰਜਾਬ ਦਾ ਤਾਂ 70% ਯੂਥ ਨਸ਼ੇੜੀ ਹੋ ਗਿਆ ਤਾਂ ਜਦੋਂ ਉਹ ਚਾਹੇ ਆਪਣੇ ਸਿਆਸੀ ਪ੍ਰੋਪਗੈਂਡ ਲਈ ਕਹਿੰਦੇ ਨੇ ਜਾਂ ਕੁਝ ਵੀ ਕਹਿੰਦੇ ਨੇ ਉਹ ਤੋਂ ਵਿਰੋਧ ਵੀ ਹੋਇਆ ਸੀ ਜਦੋਂ ਇੱਕ ਲੀਡਰ ਨੇ ਵੱਡੀ ਸਟੇਟ ਦੇ ਲੀਡਰ ਨੇ ਆ ਕੇ ਇੱਥੇ ਕਿਹਾ ਸੀ ਤਾਂ ਨੌਜਵਾਨਾਂ ਦੀ ਹੁਣ ਤਾਂ ਭਰਪੂਰ ਸ਼ਮੂਲੀਅਤ ਹੈ ਇਕੱਠਾਂ ਦੇ ਵਿੱਚ ਨਹੀਂ ਤੁਸੀਂ ਹੁਣ ਭਾਈ ਦੇਖ ਹੀ ਰਹੇ ਹੋ ਹੁਣ ਤਾਂ ਇਹ ਕੋਈ ਲਾਈਵ ਚੱਲਦਾ ਆ ਧਰਨੇ ਕਿੰਨੇ ਜਾ ਰਹੇ ਕਿੰਨੇ ਪੰਜਾਬ ਚ ਹਰਿਆਣਾ ਚ ਵੀ ਕਿੰਨੇ ਧਰਨੇ ਆ ਸਾਰੀ ਦੋਈ ਸਟੇਟਾਂ ਬਦਨਾਮ ਕਰੀਆਂ ਪਈਆਂ ਇਹਨਾਂ ਨੇ ਤੁਸੀਂ ਦੱਸੋ ਵੀ ਜੇ ਕਿੰਨੇ ਘੰਟੇ ਇੱਕ ਨਸਾਈ ਬੰਦਾ ਆ ਕਿੰਨੇ ਘੰਟੇ ਕਿੰਨੇ ਘੰਟੇ ਕੱਢ ਸਕਦਾ ਇਹੋ ਬੈਠ ਕੇ ਹੁਣ ਤੁਸੀਂ ਦੇਖ ਲਓ ਯੂਥੇ ਕਿੰਨੇ ਟਾਈਮ ਕਿੰਨੇ ਟਾਈਮ ਦਾ ਖੜਿਆ ਆ ਔਰ ਇਹ ਬੈਠਿਆ ਨਾ ਸਵੇਰ ਦਾ ਹੀ ਬੈਠਿਆ 24 ਘੰਟੇ ਬੈਠੇ ਆ ਬਜ਼ੁਰਗਾਂ ਦੇ ਨਾਲ ਕੀ ਗੱਲ ਇਹ ਇਹਨਾਂ ਇਹ ਬਿਆਨ ਵਿਆਜੀਆਂ ਬਾਜ਼ੀਆਂ ਬਿਆਨ ਬਾਜ਼ੀਆਂ ਸਿਰਫ ਪੰਜਾਬ ਨੂੰ ਬਦਨਾਮ ਕਰਨ ਲਈ ਨੇ ਸੋ ਹਾਂ ਇਹ ਤਾਂ ਬਿਲਕੁਲ ਹੀ ਹੈ ਪੰਜਾਬ ਤੇ ਤਾਂ ਪਹਿਲੇ ਚਿਰ ਤੋਂ ਹੀ ਹੁਣ ਤੁਸੀਂ ਜਿਵੇਂ ਪਿਛਲੇ ਹੁਣ ਸਾਰੇ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਬਾਰੇ ਪਤਾ ਹੈ ਆ ਵੀ ਕਿਉਂਕਿ ਸ਼ੁਰੂ ਤੋਂ ਹੀ ਕਿਸੇ ਨੂੰ ਟਾਰਗੇਟ ਕਰਿਆ ਜਾ ਰਿਹਾ ਤਾਂ ਇੱਕ ਪੰਜਾਬ ਹੈ ਜਿਹਨੂੰ ਟਾਰਗੇਟ ਕੀਤਾ ਜਾਂਦਾ ਹਮੇਸ਼ਾ ਹੀ ਸਾਡੇ ਨਾਲ ਡਾਕਟਰ ਰਵਿੰਦਰ ਕੌਰ ਵੀ ਨੇ ਇਹ ਵੀ ਅਲੱਗ-ਅਲੱਗ ਉਹ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਫਰੰਟਾਂ ਦੇ ਨਾਲ ਪਹਿਲਾਂ ਤਾਂ ਆਪਾਂ ਮੈਡਮ ਦਾ ਸਵਾਗਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਇਹ ਕਿਹੜੇ-ਕਿਹੜੇ ਅਦਾਰਿਆਂ ਦੇ ਨਾਲ ਜੁੜੇ ਹੋਏ ਨੇ ਮੈਡਮ ਤੁਹਾਡਾ ਸਵਾਗਤ ਸ਼ੁਕਰੀਆ ਜੀ ਮੈਂ ਸਹਿਤਿਕ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਆ ਜਿਦੇ ਵਿੱਚ ਅਦਾਰਾ ਪਰਵਾਜ਼ ਆ ਜਾਂਦਾ ਹੈ ਪ੍ਰਗਤੀਸ਼ੀਲ ਲੇਖਕ ਸੰਗ ਕੇਂਦਰੀ ਲੇਖ ਸਭਾ ਆ ਜਾਂਦੀ ਹੈ ਜੀ ਤੇ ਉਹਨਾਂ ਦੇ ਨਾਲ ਇਸ ਤੋਂ ਬਿਨਾ ਹੋਰ ਵੀ ਜਣੀਆਂ ਸਹਿਤਿਕ ਸੁਭਾਵਾਂ ਮ ਹੈਗੀਆਂ ਨੇ ਖੇਤਰੀ ਪੱਧਰ ਤੇ ਅਸੀਂ ਉਹਨਾਂ ਦੇ ਵਿੱਚ ਵੀ ਕੰਮ ਕਰਦੇ ਆ ਜੀ ਤੁਸੀਂ ਸਮਰਥਨ ਕਰ ਰਹੇ ਹੋ ਕਿਸਾਨ ਧਰਨਿਆਂ ਦਾ ਤੁਹਾਡਾ ਤੁਸੀਂ ਕਿਸ ਪੁਆਇੰਟ ਆਫ View ਤੋਂ ਦੇਖਦੇ ਹੋ ਕੀ ਸਰਕਾਰਾਂ ਨੂੰ ਇਹੋ ਜਿਹਾ ਕਰਨਾ ਚਾਹੀਦਾ ਸੀ ਜੋ ਸਰਕਾਰਾਂ ਵੱਲੋਂ ਫੈਸਲੇ ਲਏ ਗਏ ਨੇ ਇਹ ਬਿਲਕੁਲ ਨਹੀਂ ਜੀ ਜਦੋਂ ਇਹ ਤਾਂ ਅਸੀਂ ਬਿਲਕੁਲ ਇਹ ਚੀਜ਼ ਨੂੰ ਸਮਝਦੇ ਆ ਕਿ ਸਰਕਾਰਾਂ ਹੁਣ ਤੋਂ ਨਹੀਂ ਬਲਕਿ ਜਦੋਂ ਹੀ WHO ਦੀਆਂ ਪਾਲਿਸੀਆਂ ਆਈਆਂ ਹੈਗੀਆਂ ਨੇ ਜਦੋਂ ਤੇ ਵਰਲਡ ਬੈਂਕ ਦੀਆਂ ਪਾਲਿਸੀਆਂ ਇਹਨੇ ਲਾਗੂ ਕੀਤੀਆਂ ਨੇ ਉਸ ਸਮੇਂ ਤੋਂ ਲੈ ਕੇ ਹਰ ਖੇਤਰ ਦੇ ਵਿੱਚ ਚਾਹੇ ਉਹ ਆਰਥਿਕ ਖੇਤਰ ਹੈ ਚਾਹੇ ਉਹ ਸੱਭਿਆਚਾਰਕ ਖੇਤਰ ਹੈ ਚਾਹੇ ਉਹ ਪਸਾਈ ਖੇਤਰ ਹੈਗਾ ਆ ਚਾਹੇ ਉਹ ਸਾਡਾ ਸਮਾਜਿਕ ਖੇਤਰ ਹੈ ਹਰ ਖੇਤਰ ਦੇ ਵਿੱਚ ਉਹਨੇ ਤਰਥੱਲੀ ਮਚਾਈ ਹੋਈ ਆ ਤੇ ਜਿਹੜੀ ਇਹ ਨਵੇਂ ਸਾਡੇ ਖੇਤੀ ਕਾਨੂੰਨ ਲੈ ਕੇ ਜਿਹੜੇ ਆਏ ਨੇ ਇਸ ਨੇ ਇੱਕ ਆਧਾਰ ਸਿਰਜਿਆ ਵੈਸੇ ਜੇ ਵੇਖਿਆ ਜਾਵੇ ਤਾਂ ਇਸ ਚੀਜ਼ ਦਾ ਵਿਰੋਧ ਤਾਂ ਪਹਿਲਾਂ ਤੋਂ ਹੀ ਹੋ ਰਿਹਾ ਹੈਗਾ ਹੈ ਲਗਾਤਾਰ ਇਹਦਾ ਵਿਰੋਧ ਹੋ ਰਿਹਾ ਆ ਤੇ ਜਦੋਂ ਸਾਡੇ ਲੇਖਕ ਜਿਹੜੇ ਨੇ ਲੇਖਕ ਇਸ ਪੱਖੀ ਆਵਾਜ਼ ਉਠਾਉਂਦੇ ਨੇ ਸਮਾਜ ਦੇ ਵਿੱਚ ਜੋ ਕੁਝ ਵਾਪਰਦਾ ਹੈ ਲੋਕਾਂ ਦੇ ਨਾਲ ਜੋ ਹੁੰਦਾ ਜੋ ਜਦੋਂ ਲੋਕਾਂ ਦੇ ਹੱਕ ਖੋਏ ਜਾਂਦੇ ਨੇ ਅਜਿਹਾ ਕਿਉਂ ਹੁੰਦਾ ਕਿਉਂਕਿ ਲੇਖਕ ਇੱਕ ਇਹੋ ਜਿਹਾ ਵਰਗ ਹੁੰਦਾ ਜਿਹੜਾ ਸਮਾਜ ਨੂੰ ਸੁਚੇਤ ਕਰਦਾ ਆ ਤਾਂ ਉਹ ਉੱਥੇ ਵੀ ਸਰਕਾਰ ਦਾ ਅਜੰਡਾ ਹੈ ਆ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਲੈ ਜਾਵੋ ਸਾਡੇ ਵਰਵਰਾ Rao ਵਰਗੇ ਸਾਡੇ ਸੁਦਾ ਭਾਰਤਵਾਦ ਵਰਗੇ ਜਿਹੜੇ ਕਿ ਲੋਕਾਂ ਦੀ ਗੱਲ ਕਰਦੇ ਰਹੇ ਉਹਨਾਂ ਨੂੰ ਜੇਲ੍ਹ ਵਿੱਚ ਟੱਕਿਆ ਹੋਇਆ ਸਾਡੇ ਸਾਈ ਬਾਬੇ ਵਰਗੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜੇਲ੍ਹ ਵਿੱਚ ਰੱਖਿਆ ਹੋਇਆ ਆ ਤੇ ਕਾਰਨ ਉਹਦਾ ਇਹ ਹੈ ਕਿ ਸਰਕਾਰ ਤੋਂ ਇਹ برداشت ਨਹੀਂ ਹੁੰਦਾ ਹੈਗਾ ਕਿ ਜਿਹੜੇ ਲੋਕਾਂ ਦੇ ਮਸਲੇ ਨੇ ਲੋਕਾਂ ਦੀਆਂ ਗੱਲਾਂ ਨੇ ਲੋਕਾਂ ਦੇ ਤੱਕ ਪਹੁੰਚਾਈਆਂ ਜਾਣ ਤੇ ਉਹਨਾਂ ਨੂੰ ਚੇਤਨ ਕਰਿਆ ਜਾਵੇ ਇੱਥੋਂ ਤੱਕ ਕਿ ਹੁਣ ਇੱਥੋਂ ਤੱਕ ਵੀ ਹੋ ਗਿਆ ਕਿ ਜਿਹੜੀਆਂ ਸਾਡੀਆਂ ਪਛਾਵਾਂ ਨੇ ਜਿਵੇਂ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਵਿੱਚ ਇੱਕ ਖਾਸ ਸਥਾਨ ਦਿੱਤਾ ਗਿਆ ਇੱਕ ਦਰਜਾ ਦਿੱਤਾ ਗਿਆ ਹੋਇਆ ਸੀ ਤੀਜਾ ਦੂਜਾ ਦਰਜਾ ਉਸ ਨੂੰ ਵੀ ਖਤਮ ਕਰਨ ਤੇ ਤਲਪਈ ਹੈ ਸਰਕਾਰ ਕੋਈ ਸਰਕਾਰ ਦੇ ਕੋਈ ਏਜੰਡਾ ਹੈਗਾ ਭਗਵੇ ਕਰਨ ਦਾ ਏਜੰਡਾ ਮੈਂ ਖੇਤੀਬਾੜੀ ਦੇ ਵਿੱਚ ਜਿਹੜੇ ਨਵੇਂ ਬਿੱਲ ਲੈ ਕੇ ਆਈਏ ਉਸ ਦੇ ਵਿੱਚ ਵੀ ਮੰਡੀ ਦਾ ਕੇਂਦਰੀਕਰਨ ਕੀ ਹੈ ਉਸੇ ਹੀ ਏਜੰਡੇ ਦਾ ਇੱਕ ਹਿੱਸਾ ਹੈਗਾ ਜੋ ਸਰ ਜੋ ਸਰਕਾਰਾਂ ਲੋਕ ਵੋਟ ਪਾ ਕੇ ਚੁਣਦੇ ਨੇ ਆਖਰ ਸਰਕਾਰਾਂ ਕਿਉਂ ਇਹਨਾਂ ਆਪਣੇ ਵੋਟਰਾਂ ਦੀ ਆਪਣੇ ਲੋਕਾਂ ਦੀ ਆਵਾਜ਼ ਸੁਣਨ ਤੋਂ ਇਨਕਾਰ ਕਿਉਂ ਕਰ ਦਿੰਦੀਆਂ ਨੇ ਵੇਖਿਆ ਜਾਵੇ ਤਾਂ ਕਿਉਂਕਿ ਸਾਡੇ ਜਿਹੜਾ ਸਮਾਜ ਦੇ ਲੋਕ ਨੇ ਉਹਨਾਂ ਨੂੰ ਚੇਤਨ ਕਰਨ ਦੀ ਲੋੜ ਹੈਗੀ ਆ ਸਰਕਾਰ ਜਦੋਂ ਵੋਟਰ ਆਪਣਾ ਵੋਟ ਬੈਂਕੇਸ ਢੰਗ ਨਾਲ ਜਿਹੜਾ ਮਜ਼ਬੂਤ ਕਰਦੀਆਂ ਨੇ ਜਿਵੇਂ ਫਰਜ਼ ਕਰੋ ਹੁਣ ਦੀ ਆਪਾਂ ਗੱਲ ਰਹੀਏ ਮੋਦੀ ਸਰਕਾਰ ਦੀ ਤੇ ਧਰਮ ਦੇ ਨਾਂ ਤੇ ਜਿਹੜੀ ਵੋਟ ਹੈਗੀ ਆ ਟੋਲੀ ਜਾਂਦੀ ਹੈ ਕਿ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਧਰਮ ਪ੍ਰਤੀ ਜਿਹੜਾ ਅੰਨਾ ਵਿਸ਼ਵਾਸ ਹੈਗਾ ਆ ਉਦੋਂ ਨੂੰ ਤੁਲ ਜਾਂਦੇ ਹੈਗੇ ਨੇ ਤੇ ਸਰਕਾਰ ਕੋਈ ਇਹ ਨਹੀਂ ਹੈ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਇੱਕ ਸਰਕਾਰ ਬਣ ਗਈ ਤੇ ਲੋਕਾਂ ਦੇ ਹਿੱਤ ਲਈ ਸੋਚੇਗੀ ਉਹ ਆਪਣੇ ਨਿੱਜੀ ਹਿੱਤ ਲਈ ਜਾਂ ਕਾਰਪੋਰੇਟ ਸੈਕਟਰ ਦੇ ਵਾਸਤੇ ਹੀ ਸੋਚੇਗੀ ਉਹਨਾਂ ਦੇ ਸਾਹਮਣੇ ਲੋਕਾਂ ਦਾ ਮਸਲਾ ਕੁਝ ਨਹੀਂ ਹੁੰਦਾ ਲੋਕ ਸਿਰਫ ਉਸ ਦਿਨ ਹੀ ਉਹਨਾਂ ਨੂੰ ਦਿਖਦੇ ਨੇ ਜਿਸ ਦਿਨ ਵੋਟਾਂ ਪੈਣੀਆਂ ਹੁੰਦੀਆਂ ਨੇ ਲੋਕ ਸਿਰਫ ਉਹਨਾਂ ਦੀ ਇੱਕ ਵੋਟ ਨੇ ਇਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਲੋਕ ਜਾਗਣਗੇ ਕਿਵੇਂ ਸਮਝਣਗੇ ਕਿਵੇਂ ਇਹਨਾਂ ਪ੍ਰੋਪਗੈਂਡੀਆਂ ਨੂੰ ਜੋ ਚਲਾਈ ਜਾਂਦੇ ਨੇ ਇਸ ਇਸ ਤੇ ਵਾਸਤੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਹੈਗੀਆਂ ਨੇ ਖਾਸ ਤੌਰ ਤੇ ਲੋਕਪੱਖੀ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਪਰਾਲਾ ਤਾਂ ਕਰਨਾ ਪਵੇ ਗਈ ਉਹਨਾਂ ਨੂੰ ਲੋਕਾਂ ਨੂੰ ਸੁਚੇਤ ਕਰਨਾ ਪਏਗਾ ਲੋਕਾਂ ਨੂੰ ਦੱਸਣਾ ਪਵੇਗਾ ਅਸਲ ਦੇ ਵਿੱਚ ਸਮੱਸਿਆ ਕਿੱਥੇ ਖੜੀ ਹੈ ਇਹਦੇ ਨਾਲ ਸਾਡੇ ਜਿਹੜੇ ਲੇਖਕ ਨੇ ਲੇਖਕਾਂ ਦਾ ਵੀ ਇਹ ਫਰਜ਼ ਹੈਗਾ ਆ ਕਿ ਉਹ ਸਮਾਜ ਦੇ ਇਸ ਵਰਤਾਰੇ ਦੀ ਜਿਹੜੀ ਵਿਚਲੀ ਜੜ ਹੈ ਸਮਾਜ ਦੇ ਵਿੱਚ ਕੀ ਵਾਪਰਿਆ ਕਿਉਂ ਵਾਪਰਿਆ ਇਸ ਦਾ ਅਸੀਂ ਕਿਵੇਂ ਮੁਕਾਬਲਾ ਕਰਨਾ ਹੈ ਆਪਣੀਆਂ ਲਿਖਤਾਂ ਰਹੀਆਂ ਆਪਣੀਆਂ ਲਿਖਤਾਂ ਵਿੱਚ ਜਿਵੇਂ ਕਵਤਾਵਾਂ ਰਹੀਆਂ ਆਪਣੀਆਂ ਕਹਾਣੀਆਂ ਰਹੀਆਂ ਨਾਟਕ ਰਹੀ ਜਿਹੜੇ ਹੈਗੇ ਨਾਵਲ ਰਹੀ ਜਾਂ ਕਲਾ ਦੇ ਹੋਰ ਮੈਂ ਨਾਟਕ ਵਗੈਰਾ ਨੇ ਉਹਨਾਂ ਰਾਹੀਂ ਪੇਸ਼ ਕਰਨ ਤੇ ਉਹ ਲੋਕਾਂ ਦੇ ਵਿੱਚ ਲੈ ਕੇ ਜਾਣ। ਹਾਂ ਜੀ। ਦੋਸਤੋ ਤੁਸੀਂ ਦੇਖਿਆ ਸਾਡੇ ਚੈਨਲ ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਜਰੀਏ ਜੋ ਸ਼ੰਭੂ ਬਾਰਡਰ ਤੇ ਇਹ ਧਰਨਾ ਲਗਾਇਆ ਗਿਆ ਹੈ ਰੇਲਵੇ ਲਾਈਨ ਤੇ ਰੇਲਵੇ ਸਟੇਸ਼ਨ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਆਰਡੀਨੈਂਸ ਇਹ ਹੁਣ ਤਾਂ ਕਾਨੂੰਨ ਦਾ ਰੂਪ ਲੈ ਚੁੱਕੇ ਨੇ ਆਰਡੀਨੈਂਸ ਨੇ ਜੋ ਇਹ ਮੁੱਦੋਂ ਖਾਰਜ ਕੀਤੇ ਜਾਣ ਸਰਕਾਰ ਇਹਨਾਂ ਨੂੰ ਰੱਦ ਕਰੇ ਸਾਡੀ ਜੋ ਲੜਾਈ ਹੈ ਉਹ ਲੜਾਈ ਕੋਈ ਐਮਐਸਪੀ ਦੀ ਲੜਾਈ ਨਹੀਂ ਹੈ ਕਿਉਂਕਿ ਜੇਕਰ ਐਮਐਸਪੀ ਬਹਾਲ ਵੀ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਕੀ ਪੱਕਾ ਹੈ ਕਿਉਂਕਿ 23 ਫਸਲਾਂ ਤੇ ਐਮਐਸਪੀ ਸਿਰਫ ਦੋ ਦੋ ਫਸਲਾਂ ਤੇ ਐਮਐਸਪੀ ਮਿਲਦੀ ਹੈ 21 ਫਸਲਾਂ ਤੇ ਐਮਐਸਪੀ ਦੀ ਕੋਈ ਸੁਣਵਾਈ ਨਹੀਂ ਕੋਈ ਐਮਐਸਪੀ ਤੇ ਕੁਝ ਮਿਲਦਾ ਨਹੀਂ ਹੈਗਾ ਜੋ ਇਹ ਸ਼ੰਭੂ ਬਾਰਡਰ ਤੇ ਧਰਨਾ ਦਿੱਤਾ ਜਾ ਰਿਹਾ ਇਥੋਂ 1 ਕਿਲੋਮੀਟਰ ਤੇ ਫਿਲਮੀ ਐਕਟਰ ਦੀਪ ਸਿੱਧੂ ਵੱਲੋਂ ਵੀ ਧਰਨਾ ਦਿੱਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਜੋ ਇਹ ਆਰਡੀਨੈਂਸ ਪਾਸ ਕੀਤੇ ਨੇ ਜੋ ਕਾਨੂੰਨ ਨੇ ਇਹ ਕਾਨੂੰਨ ਰੱਦ ਕੀਤੇ ਜਾਣ ਪੰਜਾਬ ਸ਼ੁਰੂ ਤੋਂ ਹੀ ਸੰਘਰਸ਼ਾਂ ਹੱਕਾਂ ਦੀ ਬੁਲਾਵਾਂ ਆਵਾਜ਼ ਆਪਣੀ بلند ਕਰਦਾ ਆਇਆ ਹੈ ਭਾਵੇਂ ਕਈ ਵਾਰ ਜਦੋਂ ਬਾਹਰ ਤੋਂ ਹਮਲਾਵਰ ਆਉਂਦੇ ਸੀ ਪੰਜਾਬ ਦੇ ਆਪਣੇ ਹੀ ਉਹਨਾਂ ਨਾਲ ਰਲ ਕੇ ਪੰਜਾਬ ਦੇ ਵਿਰੁੱਧ ਲੜਦੇ ਸੀ ਪਰ ਫਿਰ ਵੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੁੰਦਾ ਰਿਹਾ ਹੈ ਖੜਾ ਹੁੰਦਾ ਰਿਹਾ ਹੈ ਤੇ ਆਪਣਾ ਇਤਿਹਾਸ ਇੱਕ ਇਤਿਹਾਸ ਇੱਕ ਮੁਕਾਮ ਸਿਰਜਦਾ ਰਿਹਾ ਹੈ ਤੁਸੀਂ ਲਗਾਤਾਰ ਸਾਡੇ ਚੈਨਲ ਗਲੋਬਲ ਪੰਜਾਬ ਚੈਨਲ ਪੰਜਾਬੀ ਜਰੀਏ ਪੰਜਾਬ ਹਰਿਆਣਾ ਦੇ ਵਿੱਚ ਜਿੱਥੇ ਵੀ ਕਿਸਾਨ ਸੰਘਰਸ਼ ਹੋ ਰਹੇ ਨੇ ਤੁਸੀਂ ਪਲ-ਪਲ ਦੀ ਖਬਰ ਦੇਖ ਰਹੇ ਹੋ ਤੇ ਤੁਸੀਂ ਐਦਾਂ ਹੀ ਸਾਡੇ ਨਾਲ ਬਣੇ ਰਹੋ ਤੁਹਾਡਾ ਆਪਣਾ ਚੈਨਲ ਗਲੋਬਲ ਪੰਜਾਬ ਚੈਨਲ ਪੰਜਾਬੀ ਤੇ ਤੁਸੀਂ ਬਣੇ ਰਹੇ ਹੋ ਸਾਡੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ